वाहिगुरु जी का खालसा, वाहिगुरु जी की फतेह। अज दे इस शाम की खास गलबात दे विच तुहाडा सारिआं दा सिंह स्टेशन दे इस प्लेटफॉर्म ते स्वागत है जी। दोस्तों, पिछले दिन ही असीं तुहाडे नाल एक खास मुलाकात की सी डॉक्टर प्रभ शरणवीर सिंह हुणा दे नाल, जिन्हां ने कि मत्तेवाड़े जंगलों बारे, जो कि पंजाब दे विच इस वक्त एक अहम मुद्दा बने हुए ने, ते उस गलबात दौरान बहुत ही हैरानीजनक जिहड़े खुलासे जिहड़े आ डॉक्टर साहब ने कीते कि किवें पंजाब दे विच असी सारे पंजाब तो ज्यादातर जड़े पंजाबी दुनिया भर च वस रहे ने किते ना किते सी पंजाब दे नाल जुड़े हुए हैं। तो कहिंदे आ कि किसी भी राज दा, किसी भी देश दा, उत्थों दे सभ्यता दा जड़ा जड़ा लिंक हुंदा, दा कनैक्शन जड़ा हुंदा, वह उहदे कुदरत दे नाल, उत्थों दे जड़े जंगल ने, उत्थों दी जड़ी कुदरत है, पानी ने, सो उहनां दे नाल किते ना किते जड़ी सभ्यता जड़ी साडी जुड़ी हुंदी है, तो उहदा असर जड़ा जन जीवन ते पैंदा है। सो अज सानू सारयां नूं पता है कि पंजाब दे विच स्थिति इस तरह बन चुकी है कि पंजाब दे जिहड़े पंज आब, पंज दरिया सी, उह पहलां ही घट के तीन रह गए ने, ते उहनां दी स्थिति भी जिहड़ी है बहुत ही इस वक्त मंदी है। ते दरियावां दे नाल नाल जिहड़े साडे जंगल ने, सो पंजाब दे विच जिहड़ी जंगल दी जो जिहड़ा लेखा जोखा देखिया जावे तां उहदे विच सिर्फ 3.65% जिहड़े है फॉरैसट जिहड़ा एरिया है पंजाब दे विच रह चुका है। स्थिति इन्नी गंभीर है कि रेगिस्तान, जिन्होंने असी राजस्थान नूं रेगिस्तान कहने हैं, उत्थे भी जिहड़ा जंगलात जिहड़ा एरिया है वह 4.5% के करीब है। सो अज असी यही जिहड़ी खास गलबात है इहनूं अगे तोरदे होए, अज साडे नाल पंजाब तो 7 PU यूनिट, पंजाबी यूनिवर्सिटी तो जिहड़ा 7 ऑर्गनाइजेशन है, उहदे मुख सेवादार जुझार सिंह साडे नाल अज गलबात करनगे। ਤੇ ਅਸੀਂ ਜਾਇਜ਼ਾ ਲਵਾਂਗੇ ਕਿ ਇਸ ਵਕਤ ਪੰਜਾਬ ਦੀ ਜ਼ਮੀਨੀ ਹਾਲਾਤ ਕੀ ਨੇ, ਤੇ ਮੱਤੇਵਾੜੇ ਜੰਗਲਾਂ ਦਾ ਜਿਹੜਾ ਸੰਕਟ ਇਸ ਵਕਤ ਛਾਇਆ ਹੋਇਆ ਹੈ ਉਹਦੇ ਅੱਗੇ ਜਾ ਕੇ ਉਹਦੇ ਕੀ ਅਸੀਂ ਫਿਊਚਰ ਜਿਹੜਾ ਦੇਖਦੇ ਹਾਂ। ਸੋ ਅਸੀਂ ਜੁਝਾਰ ਸਿੰਘ ਹੁਣਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ ਜੀ। ਸੋ ਜੁਝਾਰ ਸਿੰਘ ਜੀ, ਬਹੁਤ ਬਹੁਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਪ੍ਰੋਗਰਾਮ ਵਾਸਤੇ ਮੈਨੂੰ ਸੱਦਾ ਦਿੱਤਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਲਈ ਵਕਤ ਕੱਢਿਆ, ਤੇ ਇਹ ਜਿਹੜੀ ਗੱਲਬਾਤ, ਖਾਸ ਕਰਕੇ ਜਿਹੜੀ ਤੁਸੀਂ ਇਸ ਵਕਤ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ, ਤੇ ਸਾਨੂੰ ਸਾਰੇ ਸੁੱਤਿਆਂ ਹੋਇਆਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਅਸੀਂ ਸ਼ਾਇਦ ਬੜੇ ਅਣਜਾਣ ਸੀ, ਅਸੀਂ ਪੰਜਾਬ ਦੇ ਵਿੱਚ ਜੰਮੇ ਪਲੇ ਹਾਂ, ਬਟ ਪਰਸਨਲੀ ਮੈਂ ਵੀ ਕਦੀ ਮੱਤੇਵਾੜਾ ਜੰਗਲਾਂ ਬਾਰੇ ਸੁਣਿਆ ਹੀ ਨਹੀਂ ਹੈ। ਸ਼ਾਇਦ ਸਾਡੇ ਸਿਸਟਮ ਦੇ ਵਿੱਚ ਘਾਟ ਰਹੀ ਹੈ ਕਿ ਸਾਨੂੰ ਜਿਹੜਾ ਟੂਰਿਜ਼ਮ ਹੈ ਜਿਹੜਾ ਪੰਜਾਬ ਦੇ ਵਿੱਚ, ਉਹਨੂੰ ਇੰਨਾ ਡਿਵੈਲਪ ਹੀ ਨਹੀਂ ਕੀਤਾ ਗਿਆ ਕਿ ਲੋਕਾਂ ਨੂੰ ਪਤਾ ਹੋਵੇ, ਆਮ ਲੋਕਾਂ ਨੂੰ, ਕਿ ਲੁਧਿਆਣੇ ਦੇ ਵਿੱਚ ਕੋਈ ਮੱਤੇਵਾੜਾ ਜੰਗਲ ਵੀ ਹੈ। ਸੋ ਇਹ ਸਾਡੀ ਤਰਾਸਦੀ ਹੈ, ਤੇ ਪਰ ਚਲੋ ਤੁਸੀਂ ਸਾਨੂੰ ਸੁੱਤਿਆਂ ਨੂੰ ਜਗਾਇਆ, ਤੇ ਇਹਦੇ ਵਾਸਤੇ ਤੁਹਾਡਾ ਧੰਨਵਾਦ ਹੈ। ਸੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਬਹੁਤ ਸਾਰੇ ਦਰਸ਼ਕ, ਸ਼ਾਇਦ ਤੁਸੀਂ ਵੀ ਮੱਤੇਵਾੜੇ ਜੰਗਲਾਂ ਬਾਰੇ ਨਾ ਸੁਣਿਆ ਹੋਵੇ, ਪਰ ਅੱਜ ਸਾਨੂੰ ਸਾਰਿਆਂ ਨੂੰ ਇਸ ਚੀਜ਼ ਵਾਸਤੇ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣੋ, ਤੇ ਜਿਹੜੇ ਇਹ 'ਚ ਵਿਚਾਰ ਪ੍ਰਗਟ ਹੋਣੇ ਆ, ਤੇ ਤੁਸੀਂ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹੋ, ਉਹ ਵੀ ਤੁਸੀਂ ਆਪਣੀ ਜਿਹੜੀ ਅਵੇਅਰਨੈਸ ਰੇਸ ਕਰਕੇ ਤੁਸੀਂ ਨਾਲ ਜ਼ਰੂਰ ਇਸ ਮੁਹਿੰਮ ਦੇ ਨਾਲ ਜੁੜੋ। ਸੋ ਗੱਲਬਾਤ ਸ਼ੁਰੂ ਕਰਦੇ ਹਾਂ ਜੁਝਾਰ ਸਿੰਘ ਜੀ, ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ 7 PU ਯੂਨਿਟ ਕੀ ਹੈ, ਕਿਸ ਤਰ੍ਹਾਂ ਦੀ ਆਰਗਨਾਈਜੇਸ਼ਨ ਹੈ, ਤੇ ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਜੁੜੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੋ ਵਿਦਿਆਰਥੀ ਜਥੇਬੰਦੀ 7, ਇਸਦਾ ਅਸੀਂ ਪਿਛਲੇ ਸਾਲ 26 ਅਗਸਤ ਨੂੰ ਅਸੀਂ 7 ਨੂੰ ਇੱਕ ਐਜ਼ ਏ ਪੋਲੀਟੀਕਲ ਸਟੂਡੈਂਟ ਆਰਗਨਾਈਜੇਸ਼ਨ ਲਾਂਚ ਕੀਤਾ ਸੀ। ਇਸ ਤੋਂ ਪਹਿਲਾਂ 7 ਨੇ ਲਗਾਤਾਰ 2 ਸਾਲ ਇੱਕ ਵਿਚਾਰ ਮੰਚ ਦੇ ਤੌਰ ਦੇ ਉੱਪਰ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਅਸੀਂ ਮਹਿਸੂਸ ਕਰਦੇ ਸੀ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਦੇ ਵਿੱਚ ਜੋ ਯੂਨੀਵਰਸਿਟੀ ਬਣੀ, ਉੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਤੇ ਦੂਜੇ ਵਿਦਿਆਰਥੀ ਤੁਹਾਡੇ ਉੱਤੇ ਹੱਸਦੇ ਸਨ ਕਿ ਇਹ ਮੁੱਦਿਆਂ ਦੀ ਇੱਥੇ ਕੋਈ ਬੁਕਤ ਨਹੀਂ ਹੈ। ਉਸ ਤੋਂ ਬਾਅਦ ਅਸੀਂ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਪ੍ਰਤੀ ਸੁਹਿਰਦ ਤੇ ਸੰਜੀਦਾ ਵਿਦਿਆਰਥੀ, ਉਹਨਾਂ ਨੂੰ ਇਕੱਤਰ ਕਰਕੇ ਇੱਕ ਵਿਚਾਰ ਮੰਚ ਬਣਾਇਆ, ਜਿਸ ਨੇ ਲਗਾਤਾਰ ਵੱਖ ਵੱਖ ਮੁੱਦਿਆਂ ਉੱਪਰ, ਪੰਜਾਬ ਦੇ ਜੋ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦੇ ਉੱਪਰ ਲਗਾਤਾਰ ਇੱਕ ਸੈਮੀਨਾਰਾਂ ਦੀ ਸੀਰੀਜ਼ ਲਾ ਤੀ, ਇੱਕ ਲੜੀ ਚਲਾਈ ਸੈਮੀਨਾਰਾਂ ਦੀ। ਉਸ ਤੋਂ ਇਲਾਵਾ ਵੱਖ ਵੱਖ ਮੁੱਦਿਆਂ ਦੇ ਉੱਪਰ ਪ੍ਰੋਟੈਸਟ ਕੀਤੇ ਗਏ, ਜੇ ਮੁੱਦੇ ਤੇ ਕਿਸੇ ਦੇ ਮੰਗ ਪੱਤਰ ਦੀ ਜ਼ਰੂਰਤ ਸੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਹੱਕ ਦਵਾਉਣ ਵਾਸਤੇ ਜਥੇਬੰਦੀ ਨੇ ਲਗਾਤਾਰ ਕੰਮ ਕੀਤਾ। ਤੇ ਉਸ ਤੋਂ ਬਾਅਦ ਜਥੇਬੰਦੀ ਨੇ ਹੋਰ ਵਿਸਤਾਰ ਕਰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਵੀ ਆਪਣੇ ਜਿਹੜੇ ਯੂਨਿਟ ਨੇ ਉਹ ਸਥਾਪਿਤ ਕੀਤੇ ਨੇ। ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦੇ ਹੱਦਾਂ ਤੋਂ ਬਾਹਰ ਨਿਕਲ ਕੇ ਇਸ ਜਥੇਬੰਦੀ ਨੇ ਪੰਜਾਬ ਨੂੰ ਜੋ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਨਾਲ ਸੰਬੰਧਿਤ ਜੋ ਵੀ ਕੀਤਾ ਜਾ ਸਕਦਾ ਉੱਥੋਂ ਦੇ ਲੋਕਾਂ ਨਾਲ ਮਿਲ ਕੇ
किया जा रहा है। इस समय जो साढ़े सामने एक समस्या खड़ी है वह है मत्तेवाड़ा जंगल के नाल लगते पिंड की जमीन जो सरकार द्वारा धोखे तो कह सकते हैं कि इक्वायर की जा रही है तो उसे एक इंडस्ट्रियल पार्क बनाया जा रहा है। बिल्कुल बिल्कुल जी। सो असी पिछले दिनों के इस जड़े संकट तो जाणू हुए हैं कि जड़ी पंजाब सरकार वालों ये जड़ी कहते ना जंगलों का उजाड़ा जड़ा करन दी मुहिम उन्हों वालों की जा रही है, पर बड़े जुझार सिंह जी बहुत वक्रे वक्रे तरह के बयान आ रहे हैं। सरकार से पिछली दिन ही बयान सुनिया कि मत्तेवाड़े के जंगलों को कुछ नहीं किया जा रहा, तो जड़े वे लागले पिंड ने, सो जी सतलुज दरिया के मत्तेवाड़ा जंगलों के विचकार जी जगह है ज लागले पिंड ने उत्थे जो सनती पार्क बनाया जा रहा है, सो तुसी इस स्थिति बारे की कहते हो कि सच्चाई है? देखो जो पहला इनिशियल जो अखबारों में स्टेटमेंट आई थी या खबर रिपोर्टा छपिया से साफ साफ लिखा गया है कि मत्तेवाड़ा जंगल की जो 4000 एकड़ जमीन है उसकी जगह उपर इंडस्ट्री लाई जाऊगी। वह सू महसूस होंगे कि सरकार रिएक्शन के तौर पर वेखना चाहती है कि लोग किमें रिएक्ट करते हैं जो पंजाब के कुदरती वसीलों के नाल छेड़छाड़ की जाऊगी तो लोगों का रिएक्शन की होगा। तो इतने मैं खुशी ने एक गल कहनी चाहवागा कि रिएक्शन बहुत जबरदस्त सी, एकदम एक लहर ने जन्म लिया जिसका नाम रखा गया मत्तेवाड़ा बचाओ पंजाब बचाओ। उस लहर के प्रैशर हेठ आंदे सरकार ने अपनी सफाई देनी शुरू की, वख-वख मिनिस्टर द्वारा यह स्टेटमेंट आई कि यह जो इंडस्ट्रियल पार्क आ यह जंगल की जगह पर नहीं बनाया जाऊगा, जंगल के नाल लगते पिंडां दी जो पंचायती जमीन उस उपर बनाया जाऊगा। तो उस तो बाद भी लेकिन विद्यार्थी जथेबंदी साथ जो भविख दे विच उसके की नुकसान हो सकते उसनु भांपते होया जथेबंदी की टीम वालों उन्होंने पिंडा का दौरा किया गया, सिखोवाल सेलकियाना हैदरनगर से होर भी जो नाल लगते पिंड ने वो लोगों को सरकार ने पंचायत द्वारा मते पवा के एक तरीके जमीन हथिया ली सी, तो लोग बिल्कुल निटाल हो के दिल छड के बह चुके सन कि साडी जो एक एक मात्र आमदन का वसीला सी सरकार ने सातों खो लिया। पर असी पंचायत क्योंकि वो जो काफी पछड़े एरिया तो वह लोग इन्ने जागरूक नहीं ने, तो असी जाकर उन्होंने दसिया कि ग्राम सभा के हक की ने पंचायतों के हक की ने, तो उन्होंने असं दोबारा संघर्ष वास्ते लामबंद किया कि एक बार थोड़े हथों जो जमीन निकल गई तो आने वाली पीढ़ियां आने वाली पुश्तां तुहानू माफ नहीं करनगियां। अज खुशी की गल है कि वह लोग संघर्ष लिए तैयार होए ने, तो होर भी जथेबंदियां जिहड़ियां उन्हां दे नाल आ के सरकार दे विरुद्ध संघर्ष दे विच खड़ियां ने। सो बहुत चंगी गल है कि असीं वी देख रहे हैं कि पिछली दिनी काफ़ी ज़्यादा जिहड़ियां होर भी जथेबंदियां ने उह उत्थे जा के ते इहदा जिहड़ा हालातों का मुआयना कर रहे हैं, तो वह लोगों को जरा इस बारे जाणू भी करा रहे हैं। सो इस वक्त जुझार सिंह जी सब तो वड्डा जो चैलेंज है तुम्हें इस वक्त कि आ रहा है, किस तरह की तुम सपोर्ट की लगता भी लोड़ है, तो किहो जी जी जथेबंदियां इकट्ठा होकर किवें काम कर सकदियां ने? देखो ये मैं लगता कि जोड़ा यह मुद्दा है नवा मुद्दा नहीं, अच चलो मत्तेवाड़ा जंगल करके एकदम मुद्दा उभरिया, इस तो पहला भी पंजाब के इस तो पहला 2013 के मनमोहन सिंह की सरकार द्वारा एक कानून पास किया गया। उस कानून के तहत जो 1894 का जो ब्रिटिश सरकार का कानून से जमीन एक्वायर करने का उसनू बदल के एक नवा कानून लिया गया जिसका नाम रखा गया राइट टू फेयर कंपनसेशन ट्रांसपेरेंसी इन लैंड एक्विजिशन रीहैबिलिटेशन एंड रीसैटलमेंट एक्ट। यह एक्ट से जो काफ़ी हद तक किसानों के हितों की राखी करता है, जिस जो जमीन खरीदी जाती सी जे वह शहर की हद नाल लगती जमीन सी तां उसके कलैक्टर रेट तो दो गुणा कीमत दिती जाती सी, ते जे वह पिंड दे विच जमीन सी तां उसकी कलैक्टर रेट नालों 4 गुणा कीमत दिती जाती सी। पर पंजाब सरकार ने इत्थे चलाकी करदिआं, पंजाब सरकार भी कांग्रेस की है तो उस समय बिल पास करने वाली सरकार भी कांग्रेस सी, तो मनमोहन नरेंद्र मोदी की सरकार ने 2014 में एक बड़ी भारी कोशिश की कि उस कानून को बदल के इंडस्ट्रियलिस्ट के हक में बनाया जाए, पर कांग्रेस ने सारे देश के विच लामबंदी करके उस मंशा नूं कामयाब नहीं होने दिता। पर इत्थे उही कांग्रेस सरकार ने 1964 के पंचायती जमीन दे एक्ट दे विच धारा 12 जोड़ के उसनों इंडस्ट्रियल परपस वास्ते वर्तन का राह पदरा कर दिता। तो इस तरीके ये जमीन अक्वायर की जा रही, इस तो पहला राजेवा राजपुरा के नेड़े पिंड ने सेरा सेरी आकड़ी तो होर भी 3-4 पिंड ने तख्तू माजरा वगैरह जिथे 2600 एकड़ के करीब पंचायती जमीन एक टक जमीन है तो सरकार की उस उपर भी नज़र सी, तो उसनों भी पिछले समय के अक्वायर करने की कोशिश की गई जिथे विद्यार्थी जथेबंदी सत्थ वालों उत्थों के सरपंचों नाल मीटिंग करके एक लहर नूं लहर खड़ी करन दे विच सहयोग दिता गया। उस तो बाद होर भी राजनीतिक पार्टियां उत्थे पहुंचियां, उस तो बाद सरकार एक समा एक साल चुप रहने तो बाद COVID-19 दे विच जदों सारे लोग घरां दे विच तड़े हुए ने तां सरकार लोकां नाल एक होर धक्का करन जा रही है जिथे 1000 एकड़ जमीन नूं अक्वायर किया जा रहा। इस सब दे उत्थों बजदा जदों कैप्टन अमरिंदर सिंह ने मोहाली विच एक समिट चल रहा सी इंडियन बिजनेस स्कूल दे विच, तां उत्थे एक प्रोग्रेसिव पंजाब इनवेस्टमेंट नाम दा समिट चल रहा सी,
ਤਾਂ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਇੰਡਸਟਰੀਅਲਿਸਟ ਨੂੰ ਕਿਹਾ ਸੀ ਕਿ ਤੁਹਾਨੂੰ ਪੰਜਾਬ ਵਿੱਚ ਇੰਡਸਟਰੀ ਲਾਉਣ ਵਾਸਤੇ ਜੋ ਵੀ ਚਾਹੀਦਾ ਉਹ ਮੈਂ ਤੁਹਾਨੂੰ ਦਵਾਂਗਾ, ਉਹਦੇ ਵਾਸਤੇ ਕੁਛ ਵੀ ਮੈਨੂੰ ਕਰਨਾ ਪਏ, ਕੋਈ ਕਾਨੂੰਨ ਬਦਲਣਾ ਪਏ, ਕੋਈ ਕਾਨੂੰਨ ਨਵਾਂ ਬਣਾਉਣਾ ਪਏ, ਮੈਂ ਉਸ ਲਈ ਤਿਆਰ ਹਾਂ, ਤੁਸੀਂ ਮੈਨੂੰ ਦੱਸੋ ਕੀ ਚਾਹੀਦਾ। ਤਾਂ ਓਬਵੀਅਸ ਗੱਲ ਹੈ ਕਿ ਹਰ ਇੱਕ ਇੰਡਸਟਰੀਅਲਿਸਟ ਇਹ ਚਾਹੂਗਾ ਕਿ ਪੰਜਾਬ ਦੀ ਬੇਸ਼ਕੀਮਤੀ ਜ਼ਮੀਨ ਉਸਨੂੰ ਕੌਡੀਆਂ ਦੇ ਭਾਅ ਮਿਲੇ। ਤੇ ਜੋ ਇਹ 1964 ਦੇ ਕਾਨੂੰਨ ਦੇ ਵਿੱਚ ਸੋਧ ਕੀਤੀ ਆ, ਉਸ ਦੇ ਤਹਿਤ ਪੰਜਾਬ ਸਰਕਾਰ ਜਾਂ ਕੋਈ ਵੀ ਇੰਡਸਟਰੀਅਲਿਸਟ ਇਸ 2013 ਦੇ ਕਾਨੂੰਨ ਦਾ ਪਾਬੰਦ ਨਹੀਂ ਰਹਿੰਦਾ। ਉਸ ਕਾਨੂੰਨ ਨੂੰ ਬਾਈਪਾਸ ਕੀਤਾ ਗਿਆ ਤੇ ਇਸ ਦੇ ਤਹਿਤ ਜੋ ਕਲੈਕਟਰ ਰੇਟ ਆ ਉਸਦਾ 25%, ਤੁਸੀਂ ਦੇਖੋ ਪਹਿਲੇ ਕਰੈਕਟਰ ਰੇਟ ਦਾ 4 ਗੁਣਾ ਦੇਣਾ ਸੀ 2013 ਦੇ ਕਾਨੂੰਨ ਦੇ ਤਹਿਤ, ਲੇਕਿਨ 1964 ਦੇ ਕਾਨੂੰਨ ਦੇ ਵਿੱਚ ਸੋਧ ਕਰਕੇ ਕਲੈਕਟਰ ਰੇਟ ਦਾ 25% ਜੋ ਜ਼ਮੀਨ ਖਰੀਦੇ ਉਹਨੇ ਅਦਾ ਕਰਨਾ ਤੇ ਉਸ ਤੋਂ ਬਾਅਦ ਜਿਹੜਾ 75% ਬਚਦਾ ਉਸਨੂੰ 2-2 ਸਾਲ ਦੇ ਵਕਫੇ ਦੇ ਵਿੱਚ 3 ਕਿਸ਼ਤਾਂ 'ਚ ਦਿੱਤਾ ਜਾਏਗਾ। ਤੁਸੀਂ ਮੰਨ ਲਓ ਜੇ 8 ਲੱਖ ਕਲੈਕਟਰ ਰੇਟ ਦਾ ਸਿਰਫ ਇੰਡਸਟਰੀਅਲਿਸਟ ਨੂੰ 2 ਲੱਖ ਦੇ ਕੇ ਉਹ ਕਿੱਲਾ ਦਿੱਤਾ ਜਾਏਗਾ, ਉਹ 1 ਏਕੜ ਉਸਦੇ ਹਵਾਲੇ ਕਰ ਦਿੱਤਾ ਜਾਏਗਾ ਬਾਕੀ ਦੇ 3 ਕਿਸ਼ਤਾਂ ਦੇ ਵਿੱਚ, ਕਿੱਥੇ 32 ਲੱਖ ਤੇ ਕਿੱਥੇ 2 ਲੱਖ। ਇਹ ਕੌਡੀਆਂ ਦੇ ਭਾਅ ਪੰਜਾਬ ਦੀ ਬੇਸ਼ਕੀਮਤੀ ਜ਼ਮੀਨ ਇੰਡਸਟਰੀਅਲਿਸਟ ਨੂੰ ਦਿੱਤੇ ਜਾਣ ਦੀ ਇੱਕ ਬਹੁਤ ਵੱਡੀ ਪਲੈਨਿੰਗ ਆ, ਜਿਸ ਨੂੰ ਸੱਥ ਨੇ ਜਦੋਂ ਇਹ ਕਾਨੂੰਨ ਪਾਸ ਹੋਏ ਉਦੋਂ ਹੀ ਭਾਂਪ ਲਿਆ ਸੀ ਤੇ ਉਸ ਉਦੋਂ ਤੋਂ ਹੀ ਸੱਥ ਇਸ ਉੱਪਰ ਐਕਟਿਵਲੀ ਕੰਮ ਕਰ ਰਹੀ ਹੈ। ਤੇ ਹੁਣ ਜਦੋਂ ਲੁਧਿਆਣਾ ਦੇ ਨੇੜੇ ਮੱਤੇਵਾੜਾ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਅਕੁਆਇਰ ਕੀਤੀ ਜਾਣ ਲੱਗੀ ਤਾਂ ਸੱਥ ਨੇ ਇੱਕਦਮ ਪਿੰਡਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਨੂੰ ਜਾ ਕੇ ਜਾਗਰੂਕ ਕੀਤਾ। ਤੇ ਅਸੀਂ ਹੁਣ ਇਸ ਤਰੀਕੇ ਨਾਲ ਅਸੀਂ ਇਹ ਮੂਵਮੈਂਟ ਅੱਗੇ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹਰ ਐਫਰਟ ਦੇ ਵਿੱਚ ਸਾਨੂੰ ਸਾਰੇ ਪੰਜਾਬੀਆਂ ਦੇ ਸਾਥ ਦੀ ਲੋੜ। ਬਿਲਕੁਲ, ਸੋ ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਹੋ ਕਿ ਜਿਹੜਾ ਤੁਸੀਂ ਇੰਨਾ ਕਹਿੰਦੇ ਕਿ ਨੌਜਵਾਨਾਂ ਦੀ ਜਿਹੜੀ ਤੁਸੀਂ ਇੱਕ ਸਾਥ ਨੂੰ ਲੈ ਕੇ ਨਾਲ ਤੁਰ ਰਹੇ ਹੋ ਤੇ ਤੁਹਾਨੂੰ ਆਰਗੇਨਾਈਜੇਸ਼ਨਸ ਦਾ ਸਾਥ ਵੀ ਮਿਲ ਰਿਹਾ ਹੈ, ਪਰ ਅਜੇ ਵੀ ਲੱਗ ਰਿਹਾ ਕਿ ਜਿਹੜੀ ਮੂਵਮੈਂਟ ਹੈ ਅਜੇ ਆਮ ਲੋਕਾਂ ਦੇ ਜਿਸ ਤਰ੍ਹਾਂ ਇੱਕ ਜ਼ੁਬਾਨੀ ਚੜ੍ਹਨੀ ਚਾਹੀਦੀ ਹੈ ਓਨੀ ਅਜੇ ਲਹਿਰ ਅਜੇ ਨਹੀਂ ਬਣੀ, ਸ਼ਾਇਦ ਹੌਲੀ ਹੌਲੀ ਕਾਫਲਾ ਜਿਹੜਾ ਅੱਗੇ ਤੁਰੇਗਾ। ਪਰ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੇ ਸ਼ਹਿਰੀ ਲੋਕ ਨੇ, ਚਲੋ ਪਿੰਡਾਂ ਦੇ ਲੋਕ ਤੇ ਮੰਨਿਆ ਕਿ ਅਸੀਂ ਉਹਨਾਂ ਨੂੰ ਨਹੀਂ ਜ਼ਿਆਦਾ ਉਹ ਇਸ ਗੱਲ ਨੂੰ ਜਾਗਰੂਕ ਹੈਗੇ ਜਾਂ ਉਹਨਾਂ ਨੂੰ ਨਹੀਂ ਸਮਝ ਕੇ ਕਿਸ ਤਰ੍ਹਾਂ ਅਸੀਂ ਜਿਹੜੀ ਕਾਨੂੰਨੀ ਦਾਅ ਪੇਚ ਸਮਝਣੀ ਨੇ, ਪਰ ਸ਼ਹਿਰੀ ਲੋਕ ਤੁਹਾਨੂੰ ਕਿਉਂ ਲੱਗਦਾ ਵੀ ਚੁੱਪ ਬੈਠੇ ਨੇ ਵੀ ਅਜੇ ਤੱਕ ਕੋਈ ਉਹਨਾਂ ਵੱਲ ਇੰਨਾ ਜ਼ਿਆਦਾ ਜਿਵੇਂ ਵਾਇਰਲ ਅਸੀਂ ਕਹਿ ਨਹੀਂ ਸਕਦੇ ਕਿ ਇਹ ਜ਼ਿਆਦਾ ਮੁਹਿੰਮ ਹੋ ਰਹੀ ਹੈ? ਦੇਖੋ ਇੱਕ ਸਿੱਧੀ ਜਿਹੀ ਗੱਲ ਹੁੰਦੀ ਕਿ ਜਿਹੜੇ ਪੇਂਡੂ ਲੋਕ ਹੁੰਦੇ ਨੇ ਜ਼ਮੀਨ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਤੇ ਉਹਨਾਂ ਦੇ ਦਿਲਾਂ ਦੇ ਅੰਦਰ ਜ਼ਮੀਨ ਪ੍ਰਤੀ ਸੰਜੀਦਗੀ ਜ਼ਿਆਦਾ ਹੁੰਦੀ ਹੈ, ਮੋਹ ਜ਼ਿਆਦਾ ਹੁੰਦਾ ਤੇ ਜਦੋਂ ਵੀ ਕਿਤੇ ਜ਼ਮੀਨ ਨੂੰ ਅਕਵਾਇਰ ਕਰਨ ਦੀ ਗੱਲ ਹੁੰਦੀ ਜਾਂ ਕਿਤੇ ਵੀ ਜ਼ਮੀਨ ਨੂੰ ਲੈ ਕੇ ਧੱਕੇਸ਼ਾਹੀ ਦੀ ਗੱਲ ਹੁੰਦੀ ਤਾਂ ਪਿੰਡਾਂ ਵਾਲੇ ਲੋਕ ਇੱਕਦਮ ਉੱਠ ਕੇ ਉਸ ਦੇ ਖਿਲਾਫ ਖੜੇ ਹੋ ਜਾਂਦੇ ਨੇ ਤੇ ਸ਼ਹਿਰੀ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਕਿੱਤੇ ਉਹਨਾਂ ਦੇ ਧੰਦੇ ਜ਼ਮੀਨ ਨਾਲ ਤਾਲੁਕਾਤ ਬਹੁਤ ਘੱਟ ਰੱਖਦੇ ਨੇ, ਇਸ ਕਰਕੇ ਉਹਨਾਂ ਦੇ ਵਿੱਚ ਸੈਂਸਿਟੀਵਿਟੀ ਘੱਟ ਹੁੰਦੀ ਹੈ। ਪਰ ਜਦੋਂ ਇਹ ਮੂਵਮੈਂਟ ਹੁਣ ਬਿਲਡ ਹੋ ਰਹੀ ਹੈ ਤਾਂ ਜਿੰਨੇ ਵੀ ਵਾਤਾਵਰਨ ਪ੍ਰੇਮੀ ਨੇ, ਪੰਜਾਬ ਪ੍ਰੇਮੀ ਨੇ, ਉਹਨਾਂ ਵਿੱਚੋਂ ਕੁਛ ਲੋਕ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸ਼ਹਿਰੀ ਵਸੋਂ ਵੀ ਇਸ ਮੁਹਿੰਮ ਦਾ ਸਾਥ ਦੇਵੇਗੀ। ਇਹ ਮੁਹਿੰਮ ਜਦੋਂ ਸੱਥ ਵੱਲੋਂ ਫੇਸਬੁੱਕ ਤੇ ਟਵਿੱਟਰ ਦੋ ਜਗ੍ਹਾ ਦੇ ਉੱਪਰ ਅਕਾਊਂਟ ਬਣਾ ਕੇ ਸ਼ੁਰੂ ਕੀਤੀ ਗਈ ਤਾਂ ਟਵਿੱਟਰ ਦੇ ਉੱਪਰ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਨੇ ਜੋ ਸ਼ਹਿਰਾਂ ਵਿੱਚ ਰਹਿੰਦੇ ਨੇ ਤੇ ਉਹਨਾਂ ਵੱਲੋਂ ਵੀ ਇਸ ਮੁਹਿੰਮ ਦਾ ਆਨਲਾਈਨ ਦਾ ਸਾਥ ਦਿੱਤਾ ਗਿਆ, ਪਰ ਅਸੀਂ ਉਮੀਦ ਕਰਦੇ ਹਾਂ ਕਿ ਉਹ ਜ਼ਮੀਨ ਦੇ ਉੱਪਰ ਉਤਰ ਕੇ ਵੀ ਸਾਡਾ ਸਾਥ ਦੇਣਗੇ। ਬਿਲਕੁਲ ਜੀ, ਜਿਹੜੇ ਦਰਸ਼ਕ ਇਸ ਵਕਤ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਸਾਡੀ ਸਨਿਮਰ ਬੇਨਤੀ ਹੈ ਕਿ ਇਸ ਮੁਹਿੰਮ ਦਾ ਜਿਹੜਾ ਸਾਥ ਜ਼ਰੂਰ ਦਿਓ, ਕਿਉਂਕਿ ਇਹ ਸਾਡੇ ਪੰਜਾਬ ਦੀ ਗੱਲ ਹੈ ਤੇ ਇਹ ਪੰਜਾਬ ਦੀਆਂ ਆਉਣ ਵਾਲੀ ਨਸਲਾਂ ਦੀ ਗੱਲ ਹੈ। ਸੋ ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਗਿਆ ਸੀ ਕਿ ਜਿਹੜੇ ਜੰਗਲਾਤ ਨੂੰ ਖਤਮ ਕਰਨਾ, ਪੰਜਾਬ ਦੇ ਦਰਿਆਵਾਂ ਨੂੰ ਖਤਮ ਕਰਨਾ, ਇਹ ਕਿਸੇ ਵੀ ਨਸਲ ਖੁਸ਼ੀ ਤੋਂ ਘੱਟ ਨਹੀਂ ਹੈ। ਤੋ ਇਸ ਕਰਕੇ ਅਸੀਂ ਅਵੇਸਲੇ ਹੋ ਕੇ ਨਾ ਬੈਠੀਏ, ਆਪਣੇ ਜਿਹੜੇ ਵੀ ਮਿੱਤਰ ਦੋਸਤ ਪਰਿਵਾਰ ਉੱਥੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਜਗਾਈਏ ਤੇ ਉਹਨਾਂ ਨੂੰ ਦੱਸੀਏ ਕਿ ਕਿਵੇਂ ਸਾਡੇ ਪੰਜਾਬ ਦੇ ਵਿੱਚ ਉਜਾੜਾ ਹੋ ਰਿਹਾ। ਤੇ ਭਾਜੀ ਜੇ ਮੱਤੇਵਾੜਾ ਦੀ ਗੱਲ ਕਰੀਏ ਅਸੀਂ, ਸੋ ਮੇਰੇ ਖਿਆਲ 4,000 ਏਕੜ ਤੱਕ ਦਾ ਦੱਸਿਆ ਜਾਂਦਾ ਹੈ ਕਿ ਜੰਗਲ ਹੈ। ਹਾਂਜੀ 4,000 ਏਕੜ ਬਿਲਕੁਲ, ਉਹਦੇ ਵਿੱਚ ਕੁਛ ਪੋਟੈਟੋ ਸੀਡ ਫਾਰਮ ਦੀ ਜ਼ਮੀਨ ਵੀ ਜਿਹੜੇ ਹੁਣ ਅਕਵਾਇਰ ਕੀਤੀ ਜਾ ਰਹੀ ਉਹ ਜੰਗਲ ਤੋਂ ਬਾਹਰ ਹੈ, ਲੇਕਿਨ ਜਿਹੜਾ 2,300 ਏਕੜ ਖਾਸ ਮੰਨਿਆ ਜਾਂਦਾ ਤੇ ਕੁੱਲ ਮਿਲਾ ਕੇ 4,000 ਏਕੜ ਮੰਨਿਆ ਜਾਂਦਾ, ਜਿਹਦੇ ਵਿੱਚ ਕੁਛ ਬਟਰਫਲਾਈ ਪਾਰਕ ਵੀ ਹੈ ਜਿਹਦੇ ਵਿੱਚ ਤੁਸੀਂ ਬਟਰਫਲਾਈ ਦੇ ਵੱਖ ਵੱਖ ਤਿਤਲੀਆਂ ਦੇ ਨਸਲਾਂ ਦੇਖਣ ਨੂੰ ਮਿਲਦੀਆਂ। ਇਸ ਤੋਂ ਇਲਾਵਾ ਹੋਰ ਵੀ ਇੱਕ ਅਜਿਹੀ ਜਗ੍ਹਾ ਇੱਕ ਪਾਸੇ ਜਿੱਥੇ ਦਰਿਆ ਵਗਦਾ ਤੇ ਦੂਸਰੇ ਪਾਸੇ ਬਹੁਤ ਵਿਰਲੀ ਆਬਾਦੀ ਦੇ ਵਿੱਚ ਲੋਕ ਰਹਿ ਰਹੇ ਨੇ, ਉੱਥੇ ਜਾਨਵਰ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਨੇ, ਲੇਕਿਨ ਇੰਨੇ ਵੱਡੇ ਪੱਧਰ ਤੇ ਕੀਤੇ ਫੇਰ ਬਦਲ ਨਾਲ ਉਹ ਜੰਗਲ ਦਾ ਕਤਲ ਕਰਨ ਦਾ ਮੈਨੂੰ ਲੱਗਦਾ ਕਿ ਕਦਮ ਹੋਏਗਾ ਜਿਸ ਦਾ ਕਿ ਵਿਰੋਧ ਕਰਨਾ ਬਣਦਾ ਜੀ। ਬਿਲਕੁਲ ਜੀ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਦੇ ਨਾਲ ਆਪਾਂ ਨੂੰ ਉੱਥੇ ਸਤਲੁਜ ਦਰਿਆ ਵੀ ਜਿਹੜਾ ਉੱਥੇ ਵਗਦਾ ਹੈ ਤੇ ਦਰਿਆ ਦਾ ਸਾਨੂੰ ਹਾਲਾਤ ਪਹਿਲਾਂ ਹੀ ਪਤਾ ਹੈ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੀ ਵੀ ਕੀ ਸਥਿਤੀ ਹੈਗੀ ਹੈ। ਤੇ ਜੇ ਅਸੀਂ ਪੁਰਾਣੀਆਂ ਕੁਛ ਉਦਾਹਰਨਾਂ ਵੀ ਲਈਏ ਜਿਵੇਂ ਕਿ ਬੁੱਢਾ ਦਰਿਆ ਜਿਹਨੂੰ ਕਿ ਸਾਰਾ ਉਹਨਾਂ ਨੇ ਕਾਲਾ ਕਰ ਚੁੱਕੇ ਨੇ ਤੇ ਹੋਰ ਵੀ ਜਿਹੜੀਆਂ ਨਦੀਆਂ ਨੇ ਉਹ ਇੰਡਸਟਰੀਅਲ ਵੇਸਟ ਦੇ ਨਾਲ ਬਿਲਕੁਲ ਹੀ ਪ੍ਰਦੂਸ਼ਿਤ ਹੋਈਆਂ ਨੇ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਤਲੁਜ ਦਰਿਆ ਤੇ ਇਹ ਇੰਡਸਟਰੀਅਲ ਪਾਰਕ ਦਾ ਕੀ ਇੰਪੈਕਟ ਪਏਗਾ?
ਦੇਖੋ ਉਦਣ ਪ੍ਰਭਸ਼ਰਨ ਵੀਰ ਭਾਜੀ ਹੋਣਾ ਵੀ ਬਹੁਤ ਡਿਟੇਲ ਦੇ ਵਿੱਚ ਇਸ ਬਾਰੇ ਦੱਸਿਆ ਸੀ ਤੇ ਅਸੀਂ ਜਾਣਦੇ ਹਾਂ ਕਿ ਉੱਥੋਂ ਬੱਦੀ ਤੋਂ ਲੈ ਕੇ ਇੰਡਸਟਰੀ ਲੱਗਣੀ ਸ਼ੁਰੂ ਹੋਈ ਹੈ ਦਰਿਆਵਾਂ ਦੇ ਉੱਪਰ ਹਿਮਾਚਲ ਦੇ ਵਿੱਚ। ਉੱਥੋਂ ਜਦੋਂ ਵੀ ਵੇਸਟ ਦਰਿਆਵਾਂ ਦੇ ਵਿੱਚ ਵੱਧ ਮਾਤਰਾ 'ਚ ਪਾਇਆ ਜਾਂਦਾ ਤਾਂ ਮੱਛੀਆਂ ਮਰਦੀਆਂ। ਪਿਛਲੇ ਸਾਲ ਵੀ ਚੱਡਾ ਸ਼ੂਗਰ ਮਿੱਲ ਵੱਲੋਂ ਬਿਆਸ ਦਰਿਆ ਦੇ ਵਿੱਚ ਸੀਰਾ ਰੋੜ ਕੇ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਜੋ ਜਲ ਜੀਵ ਸੀ ਉਹਨਾਂ ਦੀ ਹੱਤਿਆ ਕੀਤੀ ਗਈ ਤੇ ਜੋ ਬੁੱਢਾ ਨਾਲੇ ਦੀ ਕੰਡੀਸ਼ਨ ਤਾਂ ਅਸੀਂ ਸਾਰੇ ਜਾਣਦੇ ਹਾਂ ਤੇ ਉਸ ਤੋਂ ਬਾਅਦ ਮਾਲਵੇ ਵਿੱਚ ਫੈਲੇ ਕੈਂਸਰ ਤੋਂ ਵੀ ਅਸੀਂ ਬਿਲਕੁਲ ਚੰਗੀ ਤਰ੍ਹਾਂ ਜਾਣੂਗਾ। ਤੇ ਕਿਉਂਕਿ ਸਰਕਾਰ ਦੀ ਪਾਲਿਸੀ ਇਹ ਹੈ ਕਿ ਸਰਕਾਰ ਨੇ ਕਦੀ ਵੀ ਇੰਡਸਟਰੀਅਲਿਸਟ ਨੂੰ ਕਦੀ ਪਿੰਚ ਨਹੀਂ ਕੀਤਾ, ਕਦੀ ਫੋਰਸ ਨਹੀਂ ਕੀਤਾ ਕਿ ਉਹ ਟ੍ਰੀਟਮੈਂਟ ਪਲਾਂਟ ਲਾਉਣ। ਪਤਾ ਨਹੀਂ ਕੀ ਮਿਲੀ ਭੁਗਤ, ਕੁਛ ਲੋਕਾਂ ਦੀ ਸਮਝ ਚ ਨਹੀਂ ਆਉਂਦਾ। ਵਾਰ ਵਾਰ ਲੋਕ ਇਸ ਦੇ ਖਿਲਾਫ ਉੱਠਦੇ ਨੇ ਜੋ ਦਰਿਆਵਾਂ ਦੇ ਵਿੱਚ ਵੇਸਟ ਪਾਣੀ ਪਾਇਆ ਜਾਂਦਾ, ਲੋਕ ਥੱਕ ਹਾਰ ਕੇ ਬੈਠ ਜਾਂਦੇ ਨੇ, ਪਰ ਸਰਕਾਰ ਵੱਲੋਂ ਕਦੀ ਵੀ ਨਾ ਹੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਇਹਨਾਂ ਨੂੰ ਫੋਰਸ ਕੀਤਾ ਜਾਂਦਾ, ਕਦੀ ਜੁਰਮਾਨੇ ਨਹੀਂ ਲਗਾਏ ਜਾਂਦੇ, ਕੋਈ ਯੂਨਿਟ ਸੀਲ ਨਹੀਂ ਕੀਤਾ ਜਾਂਦਾ। ਤੇ ਜੇ ਨਵੀਂ ਇੰਡਸਟਰੀ ਲੱਗੇਗੀ ਤਾਂ ਓਬਵੀਅਸਲੀ ਉਹ ਵੀ ਆਪਣਾ ਵੇਸਟ ਪਾਣੀ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਪੁੱਛਿਆ ਸੀ ਇੰਡਸਟਰੀਜ਼ ਨੂੰ ਕਿ ਤੁਹਾਡੀ ਮੰਗ ਕੀ ਹੈ, ਤਾਂ ਓਬਵੀਅਸਲੀ ਜਦੋਂ ਵੀ ਜ਼ਮੀਨ ਮੰਗਣਗੇ ਦਰਿਆ ਦੇ ਕੰਢੇ ਹੀ ਮੰਗਣਗੇ। ਕਿਉਂ ਮੰਗਣਗੇ? ਕਿਉਂਕਿ ਉੱਥੇ ਉਹਨਾਂ ਦਾ ਜਿੰਨਾ ਵੀ ਸੀਵਰੇਜ ਦਾ ਖਰਚਾ ਬਚ ਜਾਂਦਾ, ਬਚਦਾ ਹੈ ਬਿਲਕੁਲ। ਉਹਨਾਂ ਨੂੰ ਕੋਈ ਵਾਸਤਾ ਨਹੀਂ ਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਉੱਪਰ, ਪੰਜਾਬ ਦੇ ਪਾਣੀ ਦੇ ਉੱਪਰ ਇਸਦਾ ਕੀ ਅਸਰ ਹੋਏਗਾ। ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਨਾਲ ਹੀ ਮਤਲਬ ਹੁੰਦਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਅਸੀਂ ਜਿਵੇਂ ਹੁਣ ਬਾਹਰਲੇ ਦੇਸ਼ਾਂ 'ਚ ਅਸੀਂ ਬੈਠੇ ਹਾਂ ਤੇ ਅਸੀਂ ਇੱਥੇ ਦੇਖਦੇ ਹਾਂ ਕਿ ਕੁਦਰਤ ਜਿਹੜੀ ਹੈ ਉਹ ਜਗ੍ਹਾ ਜਗ੍ਹਾ ਸਾਨੂੰ ਇੱਥੇ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਇੰਨੀ ਕੁਦਰਤ ਦਿਸਦੀ ਹੈ ਜਿੰਨੀ ਕਿ ਅਸੀਂ ਸ਼ਾਇਦ ਉੱਥੇ ਜੇ ਕਿਸੇ ਟੂਰਿਸਟ ਪਾਰਕ ਦੇ ਵਿੱਚ ਵੀ ਜਾਈਏ ਪੰਜਾਬ ਦੇ ਵਿੱਚ ਤੇ ਉੱਥੇ ਵੀ ਨਹੀਂ ਦਿਸਦੀ ਕਦੀ। ਤੋਂ ਇੰਨੀ ਜਿਹੜੀ ਤਰਾਸਦੀ ਦੇਖ ਕੇ ਸਾਡਾ ਬਾਹਰ ਬੈਠਿਆਂ ਦਾ ਵੀ ਬਹੁਤ ਜਿਹੜਾ ਮਨ ਦੁਖਦਾ ਹੈ। ਇੱਥੇ ਛੋਟੇ ਛੋਟੇ ਜਿਹੜੇ ਬੱਚੇ ਨੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਸ਼ੁਰੂ ਦੀਆਂ ਕਲਾਸਾਂ ਦੇ ਵਿੱਚ ਹੀ ਬਟਰਫਲਾਈਜ਼ ਜਾਂ ਜਿਹੜੇ ਜਾਨਵਰ ਨੇ ਉਹਨਾਂ ਬਾਰੇ ਜਾਣੂ ਕਰਾਇਆ ਜਾਂਦਾ ਕਿ ਕਿੰਨੀਆਂ ਡੱਡੂ ਦੀਆਂ ਕਿੰਨੀਆਂ ਕਿਸਮਾਂ ਨੇ, ਬਟਰਫਲਾਈ ਇਹਨਾਂ ਨੂੰ ਹੱਥ ਫੜ ਕੇ ਦਿਖਾਈ ਜਾਂਦੀ ਹੈ ਕਿ ਇਨਸੈਕਟਸ ਦੇ ਕਿੰਨੇ ਵਿੰਗਸ ਨੇ। ਸੋ ਮਤਲਬ ਜਿਹੜੀਆਂ ਚੀਜ਼ਾਂ ਸ਼ਾਇਦ ਅਸੀਂ ਪੰਜਾਬ 'ਚ ਸੁਪਨੇ 'ਚ ਵੀ ਨਹੀਂ ਦੇਖੀਆਂ, ਖਾਸ ਕਰਕੇ ਸ਼ਹਿਰੀ ਲੋਕਾਂ ਨੇ, ਤਾਂ ਉਹ ਇੱਥੇ ਛੋਟੇ ਬੱਚਿਆਂ ਨੂੰ ਪ੍ਰੈਪ ਗ੍ਰੇਡ 1 ਗ੍ਰੇਡ 2 ਦੇ ਵਿੱਚ ਦੱਸੀਆਂ ਜਾਂਦੀਆਂ ਨੇ। ਸੋ ਜਦੋਂ ਅਸੀਂ ਇਸ ਚੀਜ਼ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਬੜਾ ਹੀ ਦੁੱਖ ਲੱਗਦਾ ਹੈ ਕਿ ਜਿੰਨੇ ਬਚੇ ਹੋਏ ਜੰਗਲ ਨੇ ਉਹਨਾਂ ਨੂੰ ਵੀ ਖਤਮ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਪੰਜਾਬ ਸਰਕਾਰ ਜਿਹੜਾ ਦਿਨ ਬ ਦਿਨ ਕਰੀ ਜਾ ਰਹੀ ਹੈ। ਸੋ ਸੱਤ ਜਥੇਬੰਦੀ ਦੇ ਉਪਰਾਲਿਆਂ ਦੀ ਗੱਲ ਕਰੀਏ, ਬਹੁਤ ਹੀ ਸ਼ਲਾਘਾਯੋਗ ਜਿਹੜਾ ਤੁਸੀਂ ਇੱਕ ਨੌਜਵਾਨ ਜਥੇਬੰਦੀ ਹੋਣ ਦੇ ਨਾਲ ਤੁਹਾਡੇ ਤੇ ਪੜ੍ਹਾਈਆਂ ਦਾ ਵੀ ਕਹਿੰਦੇ ਨਾ ਆਪਣਾ ਬੋਝ, ਅਤੇ ਬਾਕੀ ਪੰਜਾਬ ਵਿੱਚ ਤੇ ਹਰ ਰੋਜ਼ ਇੱਕ ਨਵੀਂ ਨਿੱਤ ਮੁਹਿੰਮ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚੱਲਦੀ ਰਹਿੰਦੀ ਹੈ। ਤੇ ਇਸ ਵਕਤ ਕਿਹੜੀਆਂ ਆਰਗਨਾਈਜੇਸ਼ਨ ਜਿਹੜੀਆਂ ਤੁਸੀਂ ਜਿਹੜਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਸਾਥ ਦੇ ਰਹੀ ਹੈ, ਤੇ ਹੋਰ ਤੁਸੀਂ ਬਾਕੀ ਆਰਗਨਾਈਜੇਸ਼ਨ ਜਿਹੜੀਆਂ ਅੱਜ ਤੱਕ ਨਹੀਂ ਇਸ ਤੋਂ ਜਾਗਰੂਕ ਹੋਈਆਂ, ਤੇ ਉਹਨਾਂ ਨੂੰ ਵੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਇਹ ਚੀਜ਼ ਸਾਰਾ ਜਿਹੜਾ ਪ੍ਰੋਜੈਕਟ ਹੈਗਾ ਇਹਨੂੰ ਕਿਵੇਂ ਕੋਲੈਬੋਰੇਟਲੀ ਤੁਸੀਂ ਮੁਹਿੰਮ ਨੂੰ ਅੱਗੇ ਤੋਰ ਸਕਦੇ ਹੋ? ਦੇਖੋ, ਸੱਤ ਤੋਂ ਇਲਾਵਾ ਉਹ ਸੱਤ ਦੇ ਉਸ ਪਿੰਡ ਦੇ ਦੌਰੇ ਤੋਂ ਬਾਅਦ ਲੱਖਾਂ ਸਧਾਣਾ ਜਾਂ ਹੋਰ ਉਸਦੇ ਨਾਲ ਜਿਹੜੇ ਵੀ ਐਕਟੀਵਿਸਟ ਨੇ ਉਸ ਪਿੰਡ ਵਿੱਚ ਹੋ ਗਏ ਨੇ। ਇਸ ਤੋਂ ਇਲਾਵਾ ਗੁਰੂ ਨਾਨਕ ਮੁਕਤੀਖਾਨਾ ਚਲਾਉਣ ਵਾਲੇ ਜੋ ਵੀਰ ਜੀ, ਮੈਨੂੰ ਨਾਮ ਵਿਸਰ ਗਿਆ, ਉਹ ਵੀ ਗਏ ਨੇ। ਹੁਣ ਬੈਂਸ ਭਰਾ ਵੀ ਉੱਥੇ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਹੈ। ਉਸ ਤੋਂ ਬਾਅਦ ਓਪੋਜੀਸ਼ਨ ਪਾਰਟੀ ਜੋ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਦਾ ਬਿਆਨ ਵੀ ਆਇਆ ਵੀ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ। ਸਾਨੂੰ ਲੱਗਦਾ ਕਿ ਇਹ ਲਹਿਰ ਇੱਕ ਲੋਕ ਲਹਿਰ ਬਣਨ ਜਾ ਰਹੀ ਹੈ ਤੇ ਸਰਕਾਰ ਨੂੰ ਇਸ ਅੱਗੇ ਗੋਡੇ ਟੇਕਣੇ ਪੈਣਗੇ। ਜੀ, ਸੋ ਬਹੁਤ ਵਧੀਆ ਹੋਏਗਾ ਕਿ ਜੇ ਇਹ ਜਿਹੜੀ ਲੋਕ ਲਹਿਰ ਹੈ ਇਹ ਇੱਕ ਜੇ ਇਹ ਸਕਸੈਸਫੁਲ ਜਿਹੜੀ ਕੰਪੇਨ ਬਣਦੀ ਹੈ ਇੱਕ ਬੜੀ ਵੱਡੀ ਜਿੱਤ ਹੋਏਗੀ, ਤੇ ਗਾਂ ਵਾਸਤੇ ਵੀ ਸ਼ਾਇਦ ਸਰਕਾਰ ਨੂੰ ਇੱਕ ਸਬਕ ਮਿਲੇਗਾ ਕਿ ਜੇ ਉਹ ਲੋਕਾਂ ਦੀ ਲਹਿਰ ਜੇ ਬਣਦੀ ਹੈ, ਖੜੀ ਹੁੰਦੀ ਹੈ, ਤਾਂ ਉਹਨਾਂ ਨੂੰ ਜਿਹੜਾ ਝੁਕਣਾ ਪਏਗਾ। ਸੋ ਸਾਡੀਆਂ ਵੀ ਜਿਹੜੀਆਂ ਸ਼ੁਭ ਇੱਛਾਵਾਂ ਨੇ ਉਹ ਨਾਲ ਹੈ ਜੀ, ਪਰਮਾਤਮਾ ਜਿਹੜਾ ਇਸ ਦੇ ਵਿੱਚ ਕਾਮਯਾਬੀ ਬਖਸ਼ਣ, ਇਹਦੇ ਵਿੱਚ ਹੀ ਸਾਰਿਆਂ ਪੰਜਾਬੀਆਂ ਦਾ ਵੀ ਜਿਹੜਾ ਭਲਾ ਹੈਗਾ। ਤੁਹਾਨੂੰ ਕਿੰਨੇ ਕੁ ਲੱਗ ਰਹੇ ਨੇ ਕਿ ਜਿਸ ਤਰ੍ਹਾਂ ਹੁਣ ਇਸ ਵਕਤ ਚਲੋ ਆਪਣੇ ਪਿੰਡਾਂ ਦੇ ਲੋਕ ਵੀ ਖੜੇ ਹੋ ਰਹੇ ਨੇ, ਤੇ ਜਿਹੜੇ ਹੁਣ ਬਾਹਰ ਵਾਸਤੇ ਪੰਜਾਬੀ ਨੇ ਉਹ ਤੁਹਾਨੂੰ ਕਿਸੇ ਤਰ੍ਹਾਂ ਕੋਈ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ? ਦੇਖੋ, ਜੋ ਪੰਜਾਬ ਦੇ NRI ਭਰਾ ਨੇ ਉਹਨਾਂ ਨੂੰ ਸਰਕਾਰ ਕਦੀ ਵੀ ਇਗਨੋਰ ਨਹੀਂ ਕਰ ਸਕਦੀ, ਨਾ ਉਹਨਾਂ ਨੂੰ ਪੰਜਾਬ ਦੇ ਲੋਕ, ਪੰਜਾਬ ਦੀ ਰਾਜਨੀਤੀ ਤੋਂ ਉਹਨਾਂ ਨੂੰ ਕਦੀ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਜਿਸ ਤਰਫ ਝੁਕਾਅ ਹੁੰਦਾ ਤਾਂ ਪੰਜਾਬ ਦੇ ਚੋਣਾਂ ਦੇ ਨਤੀਜੇ ਉਧਰ ਨੂੰ ਦੇਖਣ ਨੂੰ ਮਿਲਦੇ ਨੇ। ਜੇ ਬਾਹਰ ਦੇ ਜੋ ਸਾਡੇ NRI ਵੀਰ ਨੇ ਜੋ ਇਸ ਮਾਮਲੇ ਪ੍ਰਤੀ ਜਾਗਰੂਕ ਹੋਣ ਤਾਂ ਉਹ ਆਪਣਾ ਪ੍ਰੈਸ਼ਰ ਬਿਲਡ ਕਰ ਸਕਦੇ ਨੇ, ਕਿਉਂਕਿ ਉਹ ਆਪਣੇ ਏਰੀਏ ਦੇ ਵਿੱਚ ਕਾਫੀ ਇੰਪੈਕਟ ਰੱਖਦੇ ਨੇ, ਆਪਣੇ ਪਿੰਡਾਂ ਦੇ ਵਿੱਚ ਕਾਫੀ ਪ੍ਰਭਾਵ ਰੱਖਦੇ ਨੇ, ਇੱਥੋਂ ਤੱਕ ਕਿ ਰਾਜਨੀਤਿਕ ਲੋਕਾਂ ਤੱਕ ਵੀ ਉਹਨਾਂ ਦਾ ਕਾਫੀ ਪ੍ਰਭਾਵ ਆ। ਜੇ ਉਹ ਇਸ ਮੁਹਿੰਮ ਦਾ ਸਾਥ ਦਿੰਦੇ ਨੇ ਤਾਂ ਸਾਨੂੰ ਪੂਰੀ ਉਮੀਦ ਆ ਕਿ ਸਰਕਾਰ ਨੂੰ ਇਸ ਅੱਗੇ ਗੋਡੇ ਟੇਕਣੇ ਪੈਣਗੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਫੇਰ ਸੱਤ ਦੀ ਟੀਮ ਵੱਲੋਂ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਅੱਜ ਇੱਕ ਅਸੀਂ ਨਵੀਂ ਮੁਹਿੰਮ ਲਾਂਚ ਕੀਤੀ ਆ, ਜਿਸ ਦੇ ਤਹਿਤ ਅਸੀਂ ਹਰ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਮੱਤੇਵਾੜਾ ਬਚਾਓ ਮੁਹਿੰਮ ਦੇ ਨਾਂ ਤੇ ਇੱਕ ਇੱਕ ਰੁੱਖ ਲਾ ਕੇ ਸਰਕਾਰ ਨੂੰ ਸੁਨੇਹਾ ਦਿੱਤਾ ਜਾਏ
ਕਿਉਂਕਿ ਪੰਜਾਬ ਦੇ ਜੋ ਪਿੰਡ ਨੇ ਉਹਨਾਂ ਪੰਚਾਇਤੀ ਜ਼ਮੀਨਾਂ ਉਸਦਾ ਸਰਮਾਇਆ ਹੁੰਦੀਆਂ ਨੇ। ਪੰਜਾਬ ਦੇ ਵਿੱਚ ਕਰੀਬਨ 2.25 ਲੱਖ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਹੈ ਜਿਸ ਉੱਪਰ ਇੰਡਸਟਰੀਅਲਿਸਟ ਦੀ ਨਜ਼ਰ ਆ ਜੋ ਉਸਨੂੰ ਕੌਡੀਆਂ ਦੇ ਭਾਅ ਖਰੀਦਣਾ ਚਾਹੁੰਦੀ ਤੇ ਪੰਜਾਬ ਸਰਕਾਰ ਬਿਲਕੁਲ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਜ਼ਮੀਨ ਦਿਵਾਉਣਾ ਚਾਹੁੰਦੀ ਹੈ। ਜਦੋਂ ਕਿ ਇਹ ਪੰਚਾਇਤਾਂ ਹਰ ਸਾਲ 350 ਕਰੋੜ ਦੇ ਕਰੀਬ ਮਾਲੀਆ ਇਕੱਤਰ ਕਰਦੀਆਂ ਨੇ ਤੇ ਆਪਣਾ ਪੰਚਾਇਤ ਆਪਣੇ ਕੰਮਕਾਜ ਪਿੰਡ ਦੇ ਵਿਕਾਸ ਕਾਰਜਾਂ ਨੂੰ ਬੜੇ ਹੀ ਆਰਾਮ ਦੇ ਨਾਲ ਕਰ ਸਕਦੀਆਂ ਨੇ ਉਸ ਪੈਸੇ ਦੇ ਨਾਲ, ਤੇ ਇਹਨਾਂ ਪੰਚਾਇਤਾਂ ਨੂੰ ਸਰਕਾਰਾਂ ਦੇ ਅੱਗੇ ਹੱਥ ਅੱਡਣੇ ਨਹੀਂ ਪੈਂਦੇ। ਪਰ ਜਦੋਂ ਇਹ ਜ਼ਮੀਨ ਉਹਨਾਂ ਪੰਚਾਇਤਾਂ ਕੋਲ ਖੋਹ ਲਈ ਜਾਏਗੀ ਤਾਂ ਉਸ ਪੰਚਾਇਤਾਂ ਪਿੰਡ ਦੇ ਕਿਸੇ ਵੀ ਵਿਕਾਸ ਕਾਰਜ ਵਾਸਤੇ ਸਰਕਾਰ ਦੇ ਅੱਗੇ ਹੱਥ ਅੱਡਦੀਆਂ ਨਜ਼ਰ ਆਉਣਗੀਆਂ ਤੇ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵਾਂਗੇ। ਸਰਕਾਰ ਵੱਲੋਂ ਇਹ ਮੱਤੇਵਾੜਾ ਦੇ ਨਾਲ ਲੱਗਦੇ ਏਰੀਆ ਰਾਜਪੁਰਾ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਏਰੀਏ ਨੇ ਜਿੱਥੇ ਪਿੰਡਾਂ ਦੇ 1000 ਏਕੜ ਦੇ ਕਰੀਬ ਜ਼ਮੀਨ ਇਕੱਠੀ ਜੁੜਦੀ ਹੈ ਤੇ ਉਸ ਉੱਪਰ ਸਰਕਾਰ ਨੇ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ। ਜੇ ਅਸੀਂ ਅੱਜ ਇਸ ਦੇ ਵਿਰੋਧ ਵਿੱਚ ਨਹੀਂ ਖੜਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਚਾਇਤੀ ਜ਼ਮੀਨ ਆ ਜਿਹੜੀ ਪੰਜਾਬ ਦੇ ਲੋਕ ਉਸ ਤੋਂ ਹੱਥ ਧੋ ਬੈਠਣਗੇ, ਪੰਜਾਬ ਦੇ ਪਿੰਡਾਂ ਦੇ ਵਿੱਚ ਇੰਡਸਟਰੀ ਲਾਈ ਜਾਊਗੀ ਜਿਹੜੇ ਪੰਜਾਬ ਦੇ ਬਰਬਾਦੀ ਦੀ ਕਹਾਣੀ ਲਿਖੂਗੀ, ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜਾਣਗੀਆਂ ਤੇ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਉਸਨੂੰ ਟੋਟਲੀ ਚੇਂਜ ਕੀਤਾ ਜਾਊਗਾ। ਰਾਜਪੁਰੇ ਦੇ ਵਿੱਚ ਵੀ ਪੰਚਾਇਤਾਂ ਵੱਲੋਂ ਮਤੇ ਪਾਏ ਗਏ ਸੀ ਤਾਂ ਅਸੀਂ ਪੰਚਾਇਤਾਂ ਦੇ ਸਰਪੰਚਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਸੀ ਸਾਨੂੰ ਨੌਕਰੀ ਮਿਲੇਗੀ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ। ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਪਹਿਲਾਂ ਚੱਲ ਰਹੀ ਇੰਡਸਟਰੀ ਦੇ ਵਿੱਚ ਵੀ ਪੰਜਾਬੀ ਜੋ ਨੇ ਉਹ ਬਹੁਤ ਘੱਟ ਗਿਣਤੀ ਚ ਕੰਮ ਕਰਦੇ ਨਜ਼ਰ ਆਉਣਗੇ, ਜ਼ਿਆਦਾ ਗਿਣਤੀ ਦੇ ਵਿੱਚ ਪ੍ਰਵਾਸੀ ਹੀ ਉੱਥੇ ਕੰਮ ਕਰਦੇ ਨੇ। ਕਿਉਂਕਿ ਜੋ ਇਹਨਾਂ ਦੀ ਇੰਡਸਟਰੀਅਲਿਸਟ ਦੀ ਪਤਾ ਨਹੀਂ ਕੀ ਪਾਲਿਸੀ ਆ ਕਿ ਜਿਹੜੀ ਮੈਨੇਜਮੈਂਟ ਦੇ ਵਿੱਚ ਕਦੀ ਵੀ ਪੰਜਾਬੀ ਨੂੰ ਨਹੀਂ ਰੱਖਦੇ ਤਾਂ ਪੰਜਾਬੀਆਂ ਨੂੰ ਲੇਬਰਰ ਦੇ ਤੌਰ ਤੇ ਹੀ ਰੱਖਣਗੇ, ਤਾਂ ਪੰਜਾਬੀ ਲੇਬਰਰ ਤੇ ਮੈਨੇਜਮੈਂਟ ਨਾਨ ਪੰਜਾਬੀ ਉੱਥੇ ਕਨਫਲਿਕਟ ਹੁੰਦਾ ਤਾਂ ਉਸ ਤੋਂ ਬਾਅਦ ਪੰਜਾਬੀਆਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ, ਸਾਰੇ ਦੇ ਸਾਰੇ ਪ੍ਰਵਾਸੀ ਨੌਕਰੀ ਕਰਦੇ ਨੇ। ਪੰਜਾਬ ਸਰਕਾਰ ਵੱਲੋਂ ਕੋਈ ਬਾਰ ਨਹੀਂ ਤੈਅ ਕੀਤਾ ਗਿਆ, ਕੋਈ ਉੱਥੇ ਰੇਸ਼ੋ ਨਹੀਂ ਤੈਅ ਕੀਤੀ ਗਈ ਕਿੰਨੇ ਪਰਸੈਂਟ ਪੰਜਾਬੀ ਲੇਬਰ ਹੋਊਗੀ ਕਿੰਨੇ ਪਰਸੈਂਟ ਨਾਨ ਪੰਜਾਬੀ ਲੇਬਰ ਹੋਊਗੀ। ਪੰਜਾਬ ਦਾ ਜ਼ਮੀਨ ਪੰਜਾਬ ਦੀ, ਹਵਾ ਪੰਜਾਬ ਦੀ ਦੂਸ਼ਿਤ ਹੋਵੇ, ਬੱਤੀ ਪੰਜਾਬ ਦੀ ਬਲੇ ਤੇ ਨੌਕਰੀ ਕਿਸੇ ਹੋਰ ਨੂੰ ਮਿਲੇ, ਇਹ ਤਾਂ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੈ। ਇਸ ਲਈ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਡੇ ਭਵਿੱਖ ਦਾ ਸਵਾਲ ਆ ਤੇ ਇਸ ਵਾਸਤੇ ਸਾਨੂੰ ਚੇਤੰਨ ਹੋਣ ਦੀ ਲੋੜ ਹੈ। ਬਿਲਕੁਲ ਜੀ, ਅਸੀਂ ਅੱਗੇ ਦੇਖ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ IPS ਆਫੀਸਰਸ ਜਾਂ ਜਿਹੜੇ DC ਜਾਂ ਇਸ ਤਰ੍ਹਾਂ ਵੱਡੀਆਂ ਪੋਸਟਾਂ ਤੇ ਜਿਹੜੇ ਲਗਾਏ ਜਾਂਦੇ ਨੇ ਅਹੁਦੇਦਾਰ, ਉਹ ਸਾਰੇ ਹੀ ਅੱਗੇ ਪੰਜਾਬ ਤੋਂ ਬਾਹਰੋਂ ਆ ਰਹੇ ਨੇ, ਤੇ ਇਸ ਕਰਕੇ ਪੰਜਾਬ ਨੂੰ ਚੇਤੰਨ ਹੋਣ ਦੀ ਲੋੜ ਹੈ ਕਿ ਉਹ ਘੱਟੋ ਘੱਟ ਆਪਣਾ ਜਿਹੜਾ ਬਚਿਆ ਖੁਚਿਆ ਜੰਗਲਾਤ ਬਚੀ ਖੁਚੀ ਕੁਦਰਤ ਜਿਹੜੀ ਹੈ ਉਹ ਵੀ ਇਹਨਾਂ ਦੇ ਹਵਾਲੇ ਕਰਕੇ, ਤੇ ਫਿਰ ਸਾਡੇ ਕੋਲੋਂ ਕੁਛ ਵੀ ਨਹੀਂ ਰਹਿਣਾ ਹੈਗਾ। ਸੋ ਜੁਝਾਰ ਸਿੰਘ ਜੀ, ਜਿਵੇਂ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਹਾਲਾਤ ਵੀ ਚੱਲ ਰਹੇ ਨੇ ਤੇ ਪੰਜਾਬ ਦੇ ਵਿੱਚ ਸਥਿਤੀ ਲੱਗੀ ਹੋਈ ਹੈ, 144 ਦਫ਼ਾ ਵੀ ਲੱਗੀ ਹੋਈ ਕਿ 5 ਬੰਦਿਆਂ ਤੋਂ ਜ਼ਿਆਦਾ ਇਕੱਤਰ ਨਹੀਂ ਹੋ ਸਕਦੇ, ਤੁਹਾਨੂੰ ਲੱਗਦਾ ਕਿ ਉਸ ਚੀਜ਼ ਦਾ ਵੀ ਤੁਹਾਡੀ ਜਿਹੜੀ ਕੰਪੇਨ ਹੈ ਤੇ ਇੰਪੈਕਟ ਪੈ ਰਿਹਾ ਜਾਂ ਪਏਗਾ? ਬਿਲਕੁਲ ਜੀ, ਸਾਡੇ ਕੰਪੇਨ ਦੇ ਉੱਪਰ ਉਸਦਾ ਅਸਰ ਦੇਖਣ ਨੂੰ ਮਿਲ ਰਿਹਾ, ਕਿਉਂਕਿ ਅਸੀਂ 2 ਜਾਂ 3 ਤੋਂ ਵੱਧ ਪਿੰਡ ਨੂੰ ਕਦੇ ਵੀ ਵਿਜ਼ਿਟ ਨਹੀਂ ਕਰਦੇ। ਅੱਜ ਵੀ ਸਾਡੀ ਟੀਮ ਦੇ 3 ਮੈਂਬਰ ਹੀ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 2 ਜਾਂ 3 ਮੈਂਬਰ ਹੀ ਜਾਣਗੇ। ਇਸ ਤੋਂ ਇਲਾਵਾ ਪਿੰਡ ਵਾਲੇ ਜਿੰਨੀ ਵੀ ਉਹ ਸੋਸ਼ਲ ਡਿਸਟੈਂਸਿੰਗ ਰੱਖ ਸਕਦੇ ਉਹਨੂੰ ਰੱਖਦੇ ਹੋਏ, ਕਿਉਂਕਿ ਉਹਨਾਂ ਵਾਸਤੇ ਜੀਵਨ ਤੇ ਮੌਤ ਦਾ ਸਵਾਲ ਹੈ। ਉਹਨਾਂ ਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਕਿ ਜੇ ਇੱਕ ਵਾਰ ਜ਼ਮੀਨ ਖੁੱਸ ਗਈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਿਰਫ ਤੇ ਸਿਰਫ ਮਜ਼ਦੂਰੀ ਜੋਗੀਆਂ ਰਹਿ ਜਾਣਗੀਆਂ, ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਣ ਵਾਲੀ। ਤੇ ਉਹ ਜੋ ਜ਼ਮੀਨ ਆ, ਇੱਕ ਉੱਥੇ ਇਹ ਵੀ ਪੱਖ ਰੱਖਣਾ ਚਾਹੁੰਦੀ ਕਿ ਉਹ ਬਹੁਤ ਉਪਜਾਊ ਜ਼ਮੀਨ ਆ ਜਿੱਥੇ ਸਿਰਫ 5 ਤੋਂ 6 ਫੁੱਟ ਥੱਲੇ ਜ਼ਮੀਨੀ ਪਾਣੀ ਦਾ ਪੱਧਰ ਵਾ, ਕਿਉਂਕਿ ਸਤਲੁਜ ਦਰਿਆ ਦੇ ਕੰਢੇ ਹੋਣ ਕਰਕੇ ਉੱਥੇ ਜ਼ਮੀਨੀ ਪਾਣੀ ਬਹੁਤ ਉੱਪਰ ਆ। ਤੇ ਉਹ ਜਿਹੜੀ ਜ਼ਮੀਨ ਆ, ਅੱਜ ਜਦੋਂ ਪੰਜਾਬ ਦੇ ਵਿੱਚ ਜ਼ਮੀਨ ਗਰਾਊਂਡ ਜਿਹੜਾ ਵਾਟਰ ਉਹਦਾ ਲੈਵਲ 100 ਫੁੱਟ ਤੋਂ ਥੱਲੇ ਜਾ ਚੁੱਕਾ, ਤਾਂ ਉੱਥੇ 5-6 ਫੁੱਟ ਤੇ ਜ਼ਮੀਨੀ ਪਾਣੀ ਹੋਣਾ ਆਪਣੇ ਆਪ ਦੇ ਵਿੱਚ ਇੱਕ ਮਹਿਣਾ ਰਖਾਉਂਦਾ। ਤੇ ਉਹ ਜ਼ਮੀਨ ਦੇਖਿਆ ਜਾਵੇ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਕਿ ਸਭ ਤੋਂ ਉਪਜਾਊ ਜ਼ਮੀਨ ਅਸੀਂ ਮੰਨ ਸਕਦੇ ਹਾਂ ਜੇ ਪਾਣੀ ਦੇ ਹਿਸਾਬ ਨਾਲ ਦੇਖਿਆ ਜਾਏ, ਤਾਂ ਉਹ ਜ਼ਮੀਨ ਪਿੰਡ ਵਾਲੇ ਕਿਸੇ ਵੀ ਕੀਮਤ ਤੇ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੇ। ਇੱਥੇ ਅਸੀਂ, ਮੈਂ ਇੱਕ ਇਤਿਹਾਸ ਵਿੱਚੋਂ ਵੀ ਦੱਸਣਾ ਚਾਹੁੰਦਾ ਕਿ ਉਹ ਪਿੰਡ ਜਿਹੜਾ ਸੇਖੋਵਾਲ ਪਿੰਡ ਆ, ਇਹਦੀ 400 ਤੋਂ ਵੱਧ ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ। ਉਹ 1965-66 ਦੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਦਾ, ਤਾਂ ਉਹਨੇ ਸਰਕਾਰਾਂ ਨੂੰ, ਸਾਰੇ ਸੂਬੇ ਸਰਕਾਰਾਂ ਨੂੰ ਹਦਾਇਤਾਂ ਕੀਤੀਆਂ ਸੀ ਕਿ ਜਿੱਥੇ ਜਿੱਥੇ ਵੀ ਜ਼ਮੀਨ ਆਬਾਦ ਕਰਨ ਵਾਲੀ ਪਈ ਆ, ਕਿਸਾਨਾਂ ਨੂੰ ਖੁੱਲ ਦਿੱਤੀ ਜਾਵੇ ਕਿ ਜ਼ਮੀਨ ਆਬਾਦ ਕਰਕੇ ਉੱਥੇ ਪੱਕੇ ਵਸਨੀਕ ਬਣ ਕੇ ਰਹਿ ਸਕਦੇ ਆ। ਜਿਸ ਦੇ ਤਹਿਤ ਅਸੀਂ ਦੇਖਦੇ ਹਾਂ ਕਿ ਯੂਪੀ ਦੇ ਜੰਗਲ ਵੀ ਆਬਾਦ ਕੀਤੇ ਗਏ, ਉਹ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਗਏ। ਗੁਜਰਾਤ ਦੇ ਵਿੱਚ ਜੋ ਕਸ਼ਭੁਜ ਦਾ ਇਲਾਕਾ ਵਾ ਜਿੱਥੇ ਬਿਲਕੁਲ ਚਿੱਟੀ ਰੇਤ ਉੱਡਦੀ ਸੀ, ਉਹਨੂੰ ਵੀ ਪੰਜਾਬ ਦੇ ਕਿਸਾਨਾਂ ਨੇ ਆਬਾਦ ਕੀਤਾ। ਤਾਂ ਇਸੇ ਤਰ੍ਹਾਂ ਜੋ ਮੱਤੇਵਾੜਾ ਦਾ ਏਰੀਆ ਆ, ਇੱਥੋਂ ਮਾਝੇ ਦੇ ਵਿੱਚੋਂ ਮਜ਼ਬੀ ਸਿੰਘਾਂ ਵੱਲੋਂ ਜਾ ਕੇ ਉੱਥੇ ਦਰਿਆ ਦਾ ਕੰਢਾ ਜੋ ਉਹਨੂੰ ਆਬਾਦ ਕੀਤਾ ਗਿਆ, ਉੱਥੇ ਪਿੰਡ ਬਣਾਇਆ ਗਿਆ। ਤੇ ਉਹਨਾਂ ਵੱਲੋਂ 30 ਸਾਲ ਲਗਾਤਾਰ ਕੇਸ ਲੜਨ ਤੋਂ ਬਾਅਦ ਉਸ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੇ ਤੌਰ ਤੇ ਰਜਿਸਟਰ ਕਰਵਾਇਆ ਗਿਆ। ਅੱਜ ਸਰਕਾਰ ਨੇ ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇੱਕ ਅੱਖ ਚਮਕਦੇ ਉਹਨਾਂ ਦੇ
ਸੋ ਜਿਸ ਤਰ੍ਹਾਂ ਉਹ ਤੇ ਕਿਹਾ ਕਿ ਹੁਣ ਉਹ ਜਾਗਰੂਕ ਹੋਏ ਨੇ ਤੇ ਉਹਨਾਂ ਨੂੰ ਕਾਨੂੰਨੀ ਜਿਹੜੀ ਹੈ ਉਹ ਦਾ ਪੇਟ ਸਮਝਣ ਦੇ ਲਈ ਕੁਛ ਜਿਹੜੇ ਕਾਨੂੰਨੀ ਸਹਾਇਤਾ ਦੀ ਵੀ ਲੋੜ ਪਏਗੀ। ਸੋ ਤੁਹਾਨੂੰ ਕੋਈ ਇਹੋ ਜਿਹੀ ਜਥੇਬੰਦੀ ਜਿਹੜੀ ਉਹ ਵੀ ਇਸ ਅੱਗੇ ਆ ਰਹੀ ਹੈ ਕਿ ਜਿਹੜੀ ਉਹਨਾਂ ਵਾਸਤੇ ਮਦਦ ਕਰੇਗੀ ਇੱਕ ਵਾਰ ਲੈਂਡ ਜਿਹੜੀ ਇਕੁਆਇਰ ਨਾ ਉਹਨਾਂ ਸਰਕਾਰ ਕਰ ਸਕੇ। ਹਾਂਜੀ, ਅਸੀਂ ਇਸ ਬਾਰੇ ਜੋ ਲੀਗਲ ਐਡਵਾਈਸ ਵੀ ਲੈ ਰਹੇ ਹਾਂ ਕਿਉਂਕਿ ਪਿਛਲੇ ਇੱਕ ਦੋ ਕੁ ਸਾਲ ਪਹਿਲਾਂ ਉੱਥੇ ਇੱਕ ਮੱਤੇ ਵਾਲਾ ਜੰਗਲ ਦੇ ਨਾਲ ਸੜਕ ਲੰਘਦੀ ਹੈ ਜਿਸ ਨੂੰ ਵਨ ਵੇ ਕੀਤਾ ਜਾਣਾ ਸੀ, ਡਬਲ ਕੀਤਾ ਜਾਣਾ ਸੀ ਤੇ ਜਦੋਂ ਸਰਕਾਰ ਨੇ ਉਹ ਪਾਸ ਕੀਤਾ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਸ ਉੱਪਰ ਰੋਕ ਲਗਾ ਦਿੱਤੀ ਕਿ ਸੜਕ ਨੂੰ ਦੋਹਰੀ ਕਰਨ ਦੇ ਨਾਲ ਹੀ ਵਾਤਾਵਰਨ ਦੇ ਉੱਪਰ, ਫੋਰੈਸਟ ਦੇ ਉੱਪਰ, ਉੱਥੇ ਰਹਿ ਰਹੇ ਜੰਗਲੀ ਜੀਵਾਂ ਦੇ ਉੱਪਰ ਤੇ ਇਕੋਲੋਜੀ ਦੇ ਉੱਪਰ ਬਹੁਤ ਪ੍ਰਭਾਵ ਪਏਗਾ, ਇਸ ਲਈ ਉਹ ਸੜਕ ਨੂੰ ਜਿਉਂ ਦੀ ਤਿਉਂ ਰਹਿਣ ਦਿੱਤਾ ਜਾਵੇ। ਉਦੋਂ ਤਾਂ ਸਰਕਾਰ ਨੇ ਉਹ ਗੱਲ ਮੰਨ ਕੇ ਸੜਕ ਨੂੰ ਜਿਉਂ ਦੀ ਤਿਉਂ ਰਹਿਣ ਦਿੱਤਾ। ਅੱਜ ਜਦੋਂ 1,000 acre ਦੇ ਵਿੱਚ ਇੰਡਸਟਰੀ ਲਾਗੂ ਕੀ ਤਾਂ ਉਸ ਜੰਗਲ ਦੇ ਉੱਪਰ ਕੀ ਪ੍ਰਭਾਵ ਪੈਣਗੇ, ਇਸ ਬਾਰੇ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਜੇ ਅਪੀਲ ਕਰਨੀ ਪਈ ਤਾਂ ਉਹ ਵੀ ਕਰਾਂਗੇ ਤੇ ਹੋਰ ਵੀ ਅਸੀਂ ਲੀਗਲ ਐਡਵਾਈਸ ਲੈ ਰਹੇ ਹਾਂ। ਬਿਲਕੁਲ, ਸੋ ਤੁਸੀਂ ਕਾਫੀ ਜ਼ਿਆਦਾ ਤੁਹਾਨੂੰ ਜਿਹੜੇ ਕੰਮ ਕਰਨੇ ਪੈ ਰਹੇ, ਤੁਸੀਂ ਪਿੰਡਾਂ ਦੇ ਵਿੱਚ ਵੀ ਦੌਰਾ ਕਰ ਰਹੇ ਹੋ, ਤੁਸੀਂ ਕੰਪੇਨ ਵੀ ਰਨ ਕਰ ਰਹੇ ਹੋ, ਤੁਸੀਂ ਕਾਨੂੰਨੀ ਦਾਅ ਪੇਚ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹੋ, ਸੋ ਕਿੰਨੀ ਕੁ ਵੱਡੀ ਟੀਮ ਹੈ ਤੁਹਾਡੀ, ਤੁਹਾਡੇ ਕੋਲ ਰਿਸੋਰਸਿਸ, ਤੁਹਾਨੂੰ ਕਦੀ ਲੱਗਦਾ ਹੈ ਕਿ ਕਮੀ ਹੈ ਜਾਂ ਕੋਈ ਹੋਰ ਰਿਸੋਰਸਿਸ ਜਿਹੜੇ ਆ ਤੁਹਾਡੇ ਨਾਲ ਜੁੜ ਰਹੇ ਨੇ, ਇਨਫ ਨੇ? ਦੇਖੋ, ਮੈਨ ਪਾਵਰ ਦੀ ਕਮੀ ਤਾਂ ਜਦੋਂ ਅਸੀਂ ਆਪਣੇ ਕੰਮ ਤੋਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਜਦੋਂ ਸਮਾਜ ਦੇ ਤਾਲੇ ਕੰਮ ਕਰਨਾ ਤਾਂ ਇੱਕ ਵਾਰ ਆਉਂਦੀ ਹੈ ਜੀ, ਪਰ ਸਾਡੇ ਨਾਲ ਕਾਫੀ ਵੱਡੀ ਗਿਣਤੀ 'ਚ ਵਿਦਿਆਰਥੀ ਜੁੜ ਰਹੇ ਨੇ ਜਿਹੜੇ ਕਿ ਹਰ ਸਮੇਂ ਤਿਆਰ ਨੇ ਸੰਘਰਸ਼ ਲੜਨ ਵਾਸਤੇ। ਤੇ ਜਦੋਂ ਇੱਕ ਵਿਦਿਆਰਥੀ ਜਥੇਬੰਦੀ ਤੌਰ ਤੇ ਵਸੀਲਿਆਂ ਦੀ ਕਮੀ ਹਮੇਸ਼ਾ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ, ਸਾਡੇ ਜੋ ਫਾਈਨੈਂਸ਼ੀਅਲੀ ਸਾਨੂੰ ਉਹ ਜਿਹੜੀ ਉਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ, ਪਰ ਫਿਰ ਵੀ ਅਸੀਂ ਜਿਵੇਂ ਤਿਵੇਂ ਵੀ ਉਹ ਚੀਜ਼ਾਂ ਸਾਰੀਆਂ ਅਫੋਰਡ ਕਰਕੇ ਪੰਜਾਬ ਦੇ ਹੱਕਾਂ ਵਾਸਤੇ, ਪੰਜਾਬ ਦੇ ਹਿੱਤਾਂ ਵਾਸਤੇ ਜੂਝ ਰਹੇ ਹਾਂ। ਬਿਲਕੁਲ ਜੀ, ਸੋ ਬਹੁਤ ਹੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਹੋਰ ਬਖਸ਼ਣ, ਤੇ ਮੇਰੇ ਖਿਆਲ 'ਚ ਜੇ ਤੁਸੀਂ ਕਿਸੇ ਨੇ ਜੇ ਕੋਈ ਫਾਈਨੈਂਸ਼ੀਅਲੀ ਹੈਲਪ ਵੀ ਕਰਨੀ ਹੋਵੇ ਕਿ ਤਾਂ ਕਿ ਇਸ ਕੰਪੇਨ ਨੂੰ ਰਨ ਕਰਨ ਦੇ ਲਈ, ਤਾਂ ਕੋਈ ਉਹ ਤੁਹਾਡੀ ਆਰਗੇਨਾਈਜੇਸ਼ਨ ਦੀ ਕੋਈ ਵੈਬਸਾਈਟ ਜਾਂ ਪੇਜ ਤੇ ਤੁਹਾਨੂੰ ਕੰਟੈਕਟ ਕਰ ਸਕਦੇ ਆ ਜੀ? ਹਾਂਜੀ, ਅਸੀਂ ਵੈਸੇ ਹਜੇ ਤੱਕ ਕਦੀ ਕਿਸੇ ਕੋਲ ਕੋਈ ਵੀ ਫਾਈਨੈਂਸ਼ੀਅਲ ਹੈਲਪ ਨਹੀਂ ਲਈ ਕਿਉਂਕਿ ਇੱਥੇ ਕਾਨੂੰਨੀ ਦਾਅ ਪੇਚ ਬਹੁਤ ਨੇ, ਉਹਦੇ ਬਾਰੇ ਵੀ ਅਸੀਂ ਕੋਈ ਐਡਵਾਈਸ ਲੈ ਕੇ ਹੀ ਕਰ ਸਕਦੇ ਹਾਂ ਕਿਉਂਕਿ ਇੱਥੇ ਵੇਖਣ ਨੂੰ ਮਿਲਦਾ ਕਿ ਕਈ ਪ੍ਰਕਾਰ ਦੀਆਂ ਅੜਿੱਕੇ ਸਾਹਮਣੇ ਆਉਂਦੇ ਨੇ, ਤਾਂ ਅਸੀਂ ਹਾਲੇ ਤੱਕ ਸਾਡੀ ਜਥੇਬੰਦੀ ਵੱਲੋਂ ਅਜਿਹਾ ਕੋਈ ਵੀ ਫਾਈਨੈਂਸ਼ੀਅਲ ਹੈਲਪ ਨਹੀਂ ਲਏਗੀ। ਬਾਕੀ ਜੇ ਕੋਈ ਸਾਨੂੰ ਸੰਪਰਕ ਕਰੇਗਾ ਤਾਂ ਅਸੀਂ ਉਸ ਨਾਲ ਗੱਲਬਾਤ ਕਰਕੇ ਜਿਵੇਂ ਵੀ ਮਸਲਾ ਹੋ ਸਕਦਾ ਸਮਝ ਸਕਦੇ ਹਾਂ। ਬਾਕੀ ਹਜੇ ਤੱਕ ਫਿਲਹਾਲ ਸਾਡੀ ਜਥੇਬੰਦੀ ਨਰੋਲ ਵਿਦਿਆਰਥੀਆਂ ਦੇ ਸਿਰ ਤੇ ਹੀ ਚੱਲ ਰਹੀ ਆ, ਤੇ ਆਪਣੀ ਕਿਰਤ ਕਮਾਈ ਦੇ ਵਿੱਚ ਜੋ ਸਾਡੇ ਨਾਲ ਸਕਾਲਰਸ਼ਿਪ ਵਾਲੇ ਵਿਦਿਆਰਥੀ ਜੁੜੇ ਨੇ ਜਾਂ ਕੋਈ ਨੌਕਰੀ ਪੇਸ਼ੇ ਵਾਲੇ ਜੁੜੇ ਨੇ ਉਹਨਾਂ ਦੇ ਤੇ ਸਾਰੇ ਵਿਦਿਆਰਥੀ ਆਪਣੇ ਖਰਚੇ ਤੇ ਹੀ ਜਥੇਬੰਦੀ ਚਲਾ ਰਹੇ। ਸੋ ਬਹੁਤ ਵਧੀਆ ਜੀ, ਬਹੁਤ ਚੜ੍ਹਦੀ ਕਲਾ ਵਾਲੇ ਤੁਸੀਂ ਉਪਰਾਲੇ ਕਰ ਰਹੇ ਹੋ। ਸੋ ਅੱਗੇ ਗੱਲ ਕਰੀਏ ਕਿ ਹੁਣ ਅੱਗੇ ਤੁਹਾਡੇ ਕੀ ਪਲਾਨਸ ਜਿਹੜੇ ਕੰਪੇਨ ਨੂੰ ਅੱਗੇ ਵਧਾਉਣ ਦੇ ਲਈ, ਤੁਸੀਂ ਕੀ ਕੀ ਹੋਰ ਜਿਹੜੇ ਪਲੈਨਿੰਗ ਕੀਤੀ ਹੈ ਇਸ ਟਾਈਮ? ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਚੁੱਕਾ ਕਿ ਅੱਜ ਹੀ ਸਾਡੀ ਟੀਮ ਗਈ ਜੋ ਉੱਥੇ ਰੁੱਖ ਲਾਉਣ ਦੀ ਇੱਕ ਕੰਪੇਨ ਅਸੀਂ ਲਾਂਚ ਕੀਤੀ ਹੈ ਸੇਖੋਵਾਲ ਦੇ ਜਿਹੜੇ ਪੰਚਾਇਤੀ ਘਰ ਉਹਦੇ ਵਿੱਚ ਇੱਕ ਰੁੱਖ ਲਗਾ ਕੇ ਸਾਡੀ ਟੀਮ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਤੇ ਅਪੀਲ ਕੀਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਰੁੱਖ ਲਗਾਓ ਤੇ ਉਸਦਾ ਨਾਰਾ ਇਹੀ ਹੋਏ ਕਿ ਮੱਤੇਵਾੜਾ ਬਚਾਓ, ਪੰਜਾਬ ਬਚਾਓ। ਤੇ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਮਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਪੰਚਾਇਤਾਂ, ਕਿਉਂਕਿ ਗ੍ਰਾਮ ਸਭਾ ਜੇ ਮਤਾ ਪਾਉਂਦੀ ਹੈ ਤਾਂ ਉਸ ਨੂੰ ਕੋਈ ਵੀ ਸਰਕਾਰ ਜਾਂ ਕਿਸੇ ਵੀ ਤਰੀਕੇ ਨਾਲ ਜ਼ਮੀਨ ਅਕਵਾਇਰ ਨਹੀਂ ਕਰ ਸਕਦੀ, ਤਾਂ ਉਹ ਪੰਚਾਇਤਾਂ ਵੱਲੋਂ ਮਤੇ ਪਾਏ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਜ਼ਮੀਨੀ ਪੱਧਰ ਤੇ ਜੇ ਜ਼ਮੀਨ ਨੂੰ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਜੇ ਉੱਥੇ ਗਰਾਊਂਡ ਦੇ ਉੱਪਰ ਜਾ ਕੇ ਅਪਰੋਚ ਕੀਤੀ ਜਾਊਗੀ ਤਾਂ ਉਸ ਵਾਸਤੇ ਪਿੰਡ ਵਾਲੇ ਬਿਲਕੁਲ ਸਰਕਾਰ ਦਾ ਵਿਰੋਧ ਕਰਨ ਵਾਸਤੇ ਤਿਆਰ ਜੀ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆ ਰਹੀ ਹੈ? ਕਈ ਵਾਰੀ ਹੁੰਦਾ ਕਿ ਜਦੋਂ ਵਿਦਿਆਰਥੀ ਜਾਂ ਇਹੋ ਜਿਹੀ ਕੰਪੇਨ ਰਨ ਕਰਦੇ ਆ ਤੇ ਜਿਹੜਾ ਪੋਲੀਟੀਕਲ ਪ੍ਰੈਸ਼ਰ ਜਾਂ ਕਈ ਵਾਰੀ ਸਰਕਾਰ ਵੱਲੋਂ ਕੋਈ ਪ੍ਰੈਸ਼ਰ ਮਿਲਦਾ, ਧਮਕੀਆਂ ਮਿਲਦੀਆਂ ਨੇ, ਤੁਹਾਨੂੰ ਅਜੇ ਤੱਕ ਇਹੋ ਜਿਹਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਿਸੇ ਮੁਸ਼ਕਿਲ ਦਾ? ਨਹੀਂ, ਹਜੇ ਤੱਕ ਅਸੀਂ ਕੋਈ ਇਹੋ ਜਿਹੀ ਚੀਜ਼ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪੈ ਰਿਹਾ। ਜੇ ਜੇ ਕਿਉਂਕਿ ਵਿਦਿਆਰਥੀ ਜਥੇਬੰਦੀ ਪਿੰਡ ਦੀ ਪੰਚਾਇਤ ਨੂੰ ਦਬਾਉਣਾ ਤੇ ਇੱਕ ਵਿਦਿਆਰਥੀ ਜਥੇਬੰਦੀ ਨੂੰ ਦਬਾਉਣਾ, ਸਰਕਾਰ ਇਹ ਫਰਕ ਬਖੂਬੀ ਸਮਝਦੀ ਆ। ਪਿੰਡ ਨੂੰ, ਪਿੰਡ ਦੀ ਪੰਚਾਇਤ ਨੂੰ ਡਰਾਇਆ ਜਾ ਸਕਦਾ, ਧਮਕਾਇਆ ਜਾ ਸਕਦਾ, ਵੋਟਾਂ ਦਾ ਲਾਲਚ, ਗ੍ਰਾਂਟਾਂ ਦਾ ਲਾਲਚ, ਕਿਸੇ ਪ੍ਰਕਾਰ ਦਾ ਵੀ ਲਾਲਚ ਦਿੱਤਾ ਜਾ ਸਕਦਾ। ਉਹ ਜੋ ਉੱਥੇ ਪੰਚਾਇਤ ਚਲਾ ਰਹੇ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਕੁਛ ਅਜਿਹੀਆਂ ਖਾਮੀਆਂ ਪੰਚਾਇਤਾਂ ਕੋਲ ਰਹਿ ਜਾਂਦੀਆਂ ਜਿਸ ਉੱਪਰ ਪਰਦੇ ਪਾਏ ਜਾਂਦੇ ਨੇ, ਤੇ ਉਸਨੂੰ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਲੈਕਮੇਲ ਵੀ ਕੀਤਾ ਜਾਂਦਾ ਕਿ ਜੇ ਤੁਸੀਂ ਇੰਜ ਕਰੋਗੇ ਤਾਂ ਅਸੀਂ ਇੰਜ ਕਰਾਂਗੇ, ਉਹਨਾਂ ਨੂੰ ਦਬਾਇਆ ਜਾ ਸਕਦਾ। ਵਿਦਿਆਰਥੀ ਜਥੇਬੰਦੀ ਇੱਕ ਉਹ ਬਿਲਕੁਲ ਪੰਜਾਬ ਦੇ ਹਿੱਤਾਂ ਵਾਸਤੇ ਖੜੀ, ਉਹ ਕਿਸੇ ਕੋਲ ਫੰਡ ਨਹੀਂ ਲੈ ਰਹੀ ਤੇ ਉਹ ਕਿਸੇ ਵੀ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਨਾਲ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਕਿਸੇ ਵੀ ਪਾਰਟੀ ਦੇ ਨਾਲ ਅਲਾਈਨਡ ਨਹੀਂ ਹੈ, ਤਾਂ ਅਜਿਹੀ ਜਥੇਬੰਦੀ ਨੂੰ ਦਬਾਉਣਾ ਜਾਂ ਧਮਕਾਉਣਾ ਸਰਕਾਰ ਵੀ ਬਖੂਬੀ ਸਮਝ ਸਕਦੀ ਹੈ ਕਿ ਉਹਦੇ ਨਤੀਜੇ ਕੀ ਨਿਕਲਣਗੇ, ਕਿਉਂਕਿ ਇੱਕ ਇੰਡੀਪੈਂਡੈਂਟ ਜਥੇਬੰਦੀ ਨੂੰ, ਇੱਕ ਇਮਾਨਦਾਰੀ ਨਾਲ ਕੰਮ ਕਰ ਰਹੀ ਜਥੇਬੰਦੀ ਨੂੰ ਜਦੋਂ ਸਰਕਾਰ ਦਬਾਉਂਦੀ ਤਾਂ ਲੋਕ ਹਮੇਸ਼ਾ ਉਸਦਾ ਸਾਥ ਦਿੰਦੇ।
ਸੋ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਜ਼ਰੀਏ ਇਸ ਪਲੇਟਫਾਰਮ ਦੇ ਜ਼ਰੀਏ ਸਾਰਿਆਂ ਨੂੰ ਦੁਬਾਰਾ ਅਪੀਲ ਕਰਦੇ ਹਾਂ ਕਿ ਇਸ ਕੰਪੇਨ ਦਾ ਇਸ ਲੋਕ ਲਹਿਰ ਦਾ ਹਿੱਸਾ ਜ਼ਰੂਰ ਬਣੋ। ਬਹੁਤ ਸਾਰੇ ਲੋਕਾਂ ਨੂੰ ਜਿਵੇਂ ਅਸੀਂ ਦੱਸਿਆ ਕਿ ਸਾਨੂੰ ਵੀ ਸ਼ਾਇਦ ਇਸ ਕੰਪੇਨ ਬਾਰੇ ਜਾਂ ਇਸ ਮੱਤੇਵਾੜਾ ਦੇ ਜੰਗਲਾਂ ਬਾਰੇ ਪਹਿਲਾਂ ਕੋਈ ਸੂ ਖਬਰ ਨਹੀਂ ਸੀ, ਪਰ ਅਸੀਂ ਜਿਹੜਾ ਆਪਣੇ ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਉਹਨਾਂ ਨੂੰ ਘੱਟੋ ਘੱਟ ਅਵੇਅਰ ਹੀ ਕਰੀਏ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਜੰਗਲਾਤ ਕਿੰਨੇ ਪ੍ਰਤੀਸ਼ਤ ਨੇ ਅਤੇ ਸਾਡਾ ਕਿੰਨਾ ਹਿੱਸਾ ਜਿਹੜਾ ਹੈ ਉਹ ਬਚਿਆ ਖੁਚਿਆ ਰਹਿ ਗਿਆ, ਤਾਂ ਕਿ ਉਹਨਾਂ ਦੇ ਮਨ 'ਚ ਦਰਦ ਉੱਠੇ ਕਿ ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਸੰਕਟ ਦੀ ਸਥਿਤੀ ਆਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਆਪਣੇ ਹੱਕਾਂ ਵਾਸਤੇ ਖੜ੍ਹੇ ਹੋਣਾ ਹੈ। ਸੋ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਜੀ, ਤਾਂ ਇਸ ਕਰਕੇ ਇਸ ਮੁਹਿੰਮ ਦਾ ਜਿਹੜਾ ਹੈ ਖੁੱਲ੍ਹ ਕੇ ਸਾਥ ਦਿਓ। ਸੋ ਜੁਝਾਰ ਸਿੰਘ ਜੀ, ਅਖੀਰ 'ਤੇ ਤੁਸੀਂ ਕੁਛ ਕੋਈ ਹੋਰ ਜਿਹੜੀ ਗੱਲਬਾਤ ਜਾਂ ਕੋਈ ਮੈਸੇਜ ਜਿਹੜਾ ਹੈ ਸਾਡੀ ਆਡੀਅੰਸ ਤੱਕ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੋ ਤੇ? ਦੇਖੋ, ਅਸੀਂ ਆਡੀਅੰਸ ਨੂੰ ਜਾਂ ਸੰਗਤ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਰਕਾਰ ਦੀ ਮਨਸ਼ਾ ਨੂੰ ਸਮਝੋ। ਵਾਰ ਵਾਰ ਸਾਡੀ ਇਹੀ ਅਪੀਲ ਹੁੰਦੀ ਹੈ ਕਿ ਸਰਕਾਰ ਦੀ ਮਨਸ਼ਾ ਨੂੰ ਸਮਝੋ। ਪੰਜਾਬ ਦੇ ਕੋਲ ਕੁਦਰਤ ਨੇ ਪੰਜਾਬ ਨੂੰ ਦਰਿਆ ਦਿੱਤੇ, ਜ਼ਮੀਨ ਦਿੱਤੀ, ਜ਼ਮੀਨੀ ਪਾਣੀ ਦਿੱਤਾ, ਤੇ ਪੰਜਾਬ ਕੋਲ ਰੁੱਖ ਵੀ ਸੀ, ਜੰਗਲ ਸੀ, ਜੰਗਲ ਸੀ, ਬੇਲੇ ਸੀ, ਝਿੜੀਆਂ ਸੀ, ਟਿੱਬੇ ਸੀ, ਟੋਏ ਸੀ, ਸਭ ਕੁਛ ਸੀ। ਲੇਕਿਨ ਗ੍ਰੀਨ ਰੈਵੋਲਿਊਸ਼ਨ, ਹਰੀ ਕ੍ਰਾਂਤੀ ਦੇ ਨਾਂ ਤੇ ਇਹ ਪੰਜਾਬ ਦੇ ਵਿੱਚੋਂ ਜਿੰਨੀਆਂ ਵੀ ਕੁਦਰਤੀ ਛੁਪਣਗਾਹਾਂ ਸਨ ਉਹਨਾਂ ਨੂੰ ਬਿਲਕੁਲ ਸਮਤਲ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਜਿੰਨੇ ਟੋਏ ਟਿੱਬੇ ਸੀ, ਰੁੱਖ ਬੇਲੇ, ਝਿੜੀਆਂ, ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ। ਜਿੱਥੇ ਇੰਸਰਜੈਂਸੀ ਦੇ ਤੌਰ ਦੇ ਵਿੱਚ ਵੀ ਸਰਕਾਰ ਨੂੰ ਇਹ ਚੀਜ਼ ਸਰਕਾਰ ਦੇ ਹੱਕ ਚ ਭੁਗਤੀ ਗਈ, ਉੱਥੇ ਕੋਈ ਛੁਪਣਗਾਹ ਨਹੀਂ ਸੀ। ਤੇ ਦੂਸਰੇ ਪਾਸੇ ਵਾਤਾਵਰਨ ਦੇ ਤੌਰ ਤੇ ਵੇਖੀਏ ਤੇ ਜਾਨਵਰਾਂ ਦੀਆਂ ਕਈ ਨਸਲਾਂ ਜੋ ਪੰਜਾਬ ਦੇ ਵਿੱਚ ਸਾਡੇ ਪ੍ਰਭਸ਼ੀਰ ਸਿੰਘ ਹੋਣਾ ਨੇ ਉਸ ਦਿਨ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਸਾਡੇ ਵਿਰਸੇ ਦੇ ਨਾਲ ਸਾਡੇ ਸੱਭਿਆਚਾਰ ਦੇ ਵਿੱਚ ਕਿਵੇਂ ਕਿਵੇਂ ਦੇ ਰੁੱਖਾਂ ਦਾ ਜ਼ਿਕਰ ਹੁੰਦਾ, ਕਿਵੇਂ ਕਿਵੇਂ ਦੇ ਪੰਛੀਆਂ ਦਾ ਜ਼ਿਕਰ ਹੁੰਦਾ, ਗੁਰਬਾਣੀ ਦੇ ਵਿੱਚ ਵੀ ਕਿਵੇਂ ਰੁੱਖਾਂ ਦਾ, ਪੰਛੀਆਂ ਦਾ ਜ਼ਿਕਰ ਮਿਲਦਾ। ਉਹ ਚੀਜ਼ਾਂ ਸਾਰੀਆਂ ਸਾਡੇ ਤੋਂ ਖੋਲੀਆਂ ਗਈਆਂ ਗ੍ਰੀਨ ਰੈਵੋਲਿਊਸ਼ਨ ਦੇ ਨਾਂ ਤੇ। ਹਰੀ ਕ੍ਰਾਂਤੀ ਨੇ ਸਾਡਾ ਜ਼ਮੀਨੀ ਪਾਣੀ ਖਤਮ ਕੀਤਾ। ਕੇਂਦਰ ਸਰਕਾਰ ਦੀਆਂ ਪਾਲਿਸੀਜ਼ ਨੇ ਜਿਹੜਾ ਪੰਜਾਬ ਦੇ ਦਰਿਆਵਾਂ ਨੂੰ, ਪੰਜਾਬ ਦੇ ਦਰਿਆਵਾਂ ਦਾ ਪਾਣੀ ਲੁੱਟਿਆ, ਉਸੇ ਪਾਲਿਸੀ ਦੇ ਤਹਿਤ ਜੇ ਗ੍ਰੀਨ ਰੈਵੋਲਿਊਸ਼ਨ ਦੇ ਤਹਿਤ ਪੰਜਾਬ ਦੀ ਜ਼ਮੀਨ ਅੱਜ ਜ਼ਰਖੇਜ਼ ਨਹੀਂ ਰਹੀ ਆਪਣੇ ਕੋਲ। ਸਾਡੇ ਕੁਦਰਤ ਨੇ ਸਾਨੂੰ ਇਹ ਚਾਰ ਚੀਜ਼ਾਂ ਬਖਸ਼ੀਆਂ ਸੀ, ਇਹ ਸਾਰੀਆਂ ਤਬਾਹ ਹੋਣ ਦੇ ਕੰਡੇ ਖੜੀਆਂ ਨੇ। ਅੱਜ ਜੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਸਰਕਾਰ ਦੀ ਆਖਿਆ, ਕੱਲ ਨੂੰ ਕੋਈ ਅਜਿਹਾ ਕਾਨੂੰਨ ਆ ਸਕਦਾ ਜਿੱਥੇ ਪੰਚਾਇਤੀ ਤੋਂ ਬਾਅਦ ਨਿੱਜੀ ਜ਼ਮੀਨਾਂ ਵੀ ਸਰਕਾਰ ਹੜੱਪ ਸਕਦੀ ਆ। ਤੇ ਖਾਸ ਕਰਕੇ ਜਿਹੜੇ ਸਿੱਖ ਕੌਮ ਆ, ਜਿਹੜੀ ਸਿੱਖ ਕਿਸਾਨੀ ਆ, ਜਿਹੜੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਵਿੱਚ ਅੱਧੇ ਤੋਂ ਵੱਧ ਖਿੱਤੇ ਦੀ ਮਾਲਕ ਸੀ, ਜਿੱਥੇ ਉਹ ਅੱਧੇ ਤੋਂ ਵੱਧ ਮਾਮਲਾ ਤਾਰਦੀ ਸੀ, ਅੱਧੇ ਤੋਂ ਵੱਧ ਖੇਤ ਉਸਦੇ ਹੱਲ ਥੱਲੇ ਸਨ। ਵੰਡ ਤੋਂ ਬਾਅਦ ਉਹ 200 ਕਿਲੋਮੀਟਰ ਦੇ ਰਕਬੇ ਦੇ ਵਿੱਚ ਸਿਮਟ ਕੇ ਰਹਿ ਗਈ। ਉਸਦੇ ਵਿੱਚੋਂ ਵੀ ਅੱਜ ਉਹਨੂੰ ਖਦੇੜਨ ਦੇ ਵਾਸਤੇ ਕੀ ਕੀਤਾ ਜਾ ਰਿਹਾ, ਇਹ ਸਾਡੇ ਸਾਰਿਆਂ ਦੇ ਸਾਹਮਣੇ ਆ। ਤੇ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਇਸ ਖਿੱਤੇ ਨੂੰ ਉਜੜਨ ਤੋਂ ਬਚਾਉਣਾ ਚਾਹੁੰਦੇ, ਜੇ ਇਸਦੇ ਕੁਦਰਤੀ ਸਰੋਤਾਂ ਦੀ ਲੁੱਟ ਹੋਣ ਤੋਂ ਬਚਾਉਣਾ ਚਾਹੁੰਦੇ ਜੇ, ਤਾਂ ਉਹ ਸਾਡਾ ਸਾਥ ਦਿਓ। ਬਾਕੀ ਜੇ ਇੱਕ ਵਿਦਿਆਰਥੀ ਜਥੇਬੰਦੀ ਤੌਰ ਤੇ ਸਾਨੂੰ ਇੱਕ ਸਵਾਲ ਬਹੁਤ ਸਾਨੂੰ ਇੱਕ ਟੈਕਲ ਕਰਨਾ ਪੈਂਦਾ ਕਿ ਇੱਕ ਵਿਦਿਆਰਥੀ ਜਥੇਬੰਦੀ ਦੇ ਤੌਰ ਤੇ ਤੁਸੀਂ ਇੰਡਸਟਰੀਅਲ ਡਿਵੈਲਪਮੈਂਟ ਦੇ ਵਿਰੋਧ ਦੇ ਵਿੱਚ ਖੜ ਰਹੇ ਹੋ, ਕਿਉਂਕਿ ਵਿਦਿਆਰਥੀ ਨੇ ਜਦੋਂ ਪੜ੍ਹ ਕੇ ਨਿਕਲਣਾ ਤਾਂ ਉਹਨੂੰ ਰੁਜ਼ਗਾਰ ਦੀ ਲੋੜ ਹੁੰਦੀ ਹੈ। ਤੇ ਇੱਥੇ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਵਿਕਾਸ ਦੇ ਰਾਹ 'ਚ ਰੋੜਾ ਨਹੀਂ ਬਣਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਸਰਕਾਰ ਵਿਕਾਸ ਕਰੇ, ਪਰ ਅਜਿਹਾ ਵਿਕਾਸ ਨਾ ਕਰੇ ਕਿ ਜਿਸ ਦੇ ਨਾਲ ਪੰਜਾਬ ਦੇ ਵਾਤਾਵਰਨ ਦਾ, ਪੰਜਾਬ ਦੇ ਲੋਕਾਂ ਦੀ ਸਿਹਤ ਦਾ ਨੁਕਸਾਨ ਹੋਵੇ। ਜੇ ਸਰਕਾਰ ਸੱਚਮੁੱਚ ਹੀ ਇੰਡਸਟਰੀ ਲਾਉਣਾ ਚਾਹੁੰਦੀ ਆ, ਤਾਂ ਪੰਜਾਬ ਦੇ ਵਿੱਚ 18,000 ਦੇ ਕਰੀਬ ਉਦਯੋਗ ਬੰਦ ਖੜੇ ਨੇ, 6,000 ਦੇ ਕਰੀਬ ਉਦਯੋਗ ਜਿਹੜੇ ਜਿਹਨਾਂ ਨੂੰ ਅਪਾਹਜ ਐਲਾਨਿਆ ਹੋਇਆ, 24,000 ਦੇ ਕਰੀਬ ਜਿਹੜੇ ਉਦਯੋਗ ਨੇ ਉਹਨਾਂ ਨੂੰ ਦੁਬਾਰਾ ਜੀਵਿਤ ਕੀਤਾ ਜਾਵੇ। ਮੰਡੀ ਗੋਬਿੰਦਗੜ੍ਹ ਆ, ਲੁਧਿਆਣੇ ਦੀ ਇੰਡਸਟਰੀ ਬੰਦ ਪਈ ਆ, ਬਟਾਲੇ ਦੇ ਵਿੱਚ ਇੰਡਸਟਰੀ ਬੰਦ ਪਈ ਆ, ਥਰਮਲ ਪਲਾਂਟ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਨੇ। ਇੱਕ ਰਿਸੈਸ਼ਨ ਦੇ ਦੌਰ ਦੇ ਵਿੱਚ ਇੰਡਸਟਰੀ ਜਦੋਂ ਪਹਿਲੀ ਬੰਦ ਹੋ ਰਹੀ ਆ, ਤਾਂ ਸਾਡੀ ਸਮਝ ਤੋਂ ਬਾਹਰ ਆ ਕਿ ਨਵੀਂ ਇੰਡਸਟਰੀ ਪੰਜਾਬ ਵਿੱਚ ਕਿਹੜੀ ਲਿਆਂਦੀ ਜਾਊਗੀ। ਉਸ ਤੋਂ ਇਲਾਵਾ ਅਸੀਂ ਹਰ ਜਗ੍ਹਾ ਸੱਥ ਵੱਲੋਂ ਇਹ ਮੰਗ ਚੁੱਕੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਸਰਕਾਰੀ, ਪ੍ਰਾਈਵੇਟ ਹਰ ਤਰ੍ਹਾਂ ਦੀਆਂ ਜਿੰਨੀਆਂ ਵੀ ਨੌਕਰੀਆਂ, ਉੱਥੇ ਪੰਜਾਬੀ ਨੌਜਵਾਨਾਂ ਵਾਸਤੇ 75% ਕੋਟਾ ਰਿਜ਼ਰਵ ਕੀਤਾ ਜਾਵੇ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 60-40 ਦਾ ਕੋਟਾ ਸੀ ਪੰਜਾਬ ਦਾ, ਉੱਥੋਂ ਵੀ ਹੌਲੀ ਹੌਲੀ ਪੰਜਾਬ ਦੇ ਨੌਜਵਾਨ ਬਿਲਕੁਲ ਹੀ ਦਿਖਣੋਂ ਹਟ ਗਏ। ਅੱਜ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੀ ਨਹੀਂ ਲੱਗਦਾ, ਚੰਡੀਗੜ੍ਹ ਪੁਲਿਸ ਦੇ ਵਿੱਚ ਪੰਜਾਬ ਦਾ ਕੋਈ ਨੌਜਵਾਨ ਵੇਖਣ ਨੂੰ ਨਹੀਂ ਮਿਲਦਾ। ਇਸ ਲਈ ਅਸੀਂ ਨਾਲ ਇਹ ਵੀ ਮੰਗ ਚੁੱਕਦੇ ਹਾਂ ਕਿ ਜੇ ਸਰਕਾਰ ਕੋਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੁੰਦੀ ਹੈ, ਉਸ ਤੋਂ ਪਹਿਲਾਂ ਇੱਕ ਕਾਨੂੰਨ ਪਾਸ ਕਰੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ 75% ਨੌਕਰੀਆਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ, ਬਾਕੀ ਬਚਦੀਆਂ 25% ਨੌਕਰੀਆਂ ਜੇ ਪ੍ਰਵਾਸੀਆਂ ਨੂੰ ਦੇਣੀਆਂ ਚਾਹੁੰਦੀ ਸਰਕਾਰ ਤਾਂ ਦੇਵੇ। ਹੁਣ ਰੀਸੈਂਟਲੀ ਪਿਛਲੇ ਹਫ਼ਤੇ ਹਰਿਆਣਾ ਸਰਕਾਰ ਨੇ, ਹਰਿਆਣੇ ਦੀ ਕੈਬਨਿਟ ਨੇ ਮਤਾ ਪਾਸ ਕੀਤਾ ਕਿ 75% ਨੌਕਰੀਆਂ ਰਾਖਵੀਆਂ ਕੀਤੀਆਂ ਜਾਣਗੀਆਂ। ਮਹਾਰਾਸ਼ਟਰ ਮਤਾ ਪਾਸ ਕਰ ਚੁੱਕਾ, ਆਂਧਰਾ ਪ੍ਰਦੇਸ਼ ਮਤਾ ਪਾਸ ਕਰ ਚੁੱਕਾ, ਵੱਖ ਵੱਖ ਸੂਬੇ ਮਤੇ ਪਾਸ ਕਰ ਰਹੇ ਨੇ, ਤਾਂ ਪੰਜਾਬ ਉਹ ਸੂਬਾ ਜਿੱਥੇ ਸਿੱਖ ਪਾਪੂਲੇਸ਼ਨ, ਇੱਕੋ ਇੱਕ ਸੂਬਾ ਜਿੱਥੇ ਸਿੱਖ ਪਾਪੂਲੇਸ਼ਨ ਜਿਹੜੀ ਬਹੁ ਗਿਣਤੀ ਦੇ ਵਿੱਚ ਸੀ, ਅੱਜ ਉਹ ਲਗਭਗ ਬਰਾਬਰ 50% ਤੇ ਆ ਗਈ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਹਾਲਾਤ ਰਹੇ, ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਘੱਟ ਵੇਜ ਰੇਟ ਤੇ ਉਹ ਕੰਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਲਿਵਿੰਗ ਸਟੈਂਡਰਡ ਸਾਰੇ
कि अंग्रेजों के समय भी उन्होंने लिविंग स्टैंडर्ड सारे हिंदुस्तान वख से उच्चे अहुदों के उत्ते पहुंचे से फौज के नौकरी करते उन्होंने जिन्हें कनाल कलोनी के खेतीबाड़ी करके अपना जीवन पद्धर उच्चा चुकया। वंड तो बाद फिर पंजाब के लोगों ने उजड़न तो बाद दोबारा मेहनत की अपना लिविंग स्टैंडर्ड जो फिर हिंदुस्तान तो उपर चुकया। अब जो घट वेज रेट के उपर काम करने को कहा जाता तो लोग इतने काम नहीं कर सकते, उन्होंने मजबूरन इतों माइग्रेट होकर वैसटर्न कंट्रीज अरब कंट्रीज जाना पैंता। उन्होंने जगह कौन लै रहे हैं जो ईस्ट पंजाब ईस्ट इंडिया कह सकते हैं यमुना तो पार दे एरिए आने वाले लोग उन्होंने जगह लै रहे हैं। पंजाब की डेमोग्राफी पूरी तरह चेंज हो रही है। इन्ह सारिया चीजों को ध्यान रखते हो क्योंकि इन्होंने चीजों जो असं एक कड़ी दर कड़ी जोड़ांगे तो साढ़े सामने एक योजे हालात जो सू डरा देंगे। जो असं उन्होंने हालातों वाले वेखांगे तो असं मैं समझदा कि हर पंजाबी इस प्रति संजीदा होगा। बिल्कुल जी, बहुत संजीदा जड़े हालात ने तुसी इत्थों दे दसे ने। जे जिंदे रहांगे जे साह चलदे रहणगे ते फेर ही कहिंदे ना कि नौकरी भी फिर तद ही होएगी। सो बहुत जरूरी है कि पहला इत्थों दे वातावरण नूं पहला बचाया जावे ते पंजाब दे दरिया पंजाब दे जंगल पंजाबी बोली इस वक्त सब कुछ ही साडी जिहड़ी सभ्यता है साहित सब कुछ ही खतरे च है। ते मसला सिर्फ मत्तेवाड़ा दे जंगलां दा नहीं है, मसला हर एक दौर दे विच जिहड़ा पंजाब पंजाबी दा जुड़िया होया है ते एक जिहड़ी कड़ी है दूसरे नाल जुड़ी हुई है। सो इन्हां सारिआं वास्ते इकट्ठे काम करन लई सानूं संघर्ष जिहड़ा है उह संघर्षहीन असीं पंजाबी शुरू तो ही रहे हां। सो इह संघर्ष नूं वी नाल तोरना पएगा ते अवेयरनैस जिस तरह पहलां वी कहा कि इहदे बारे जानकार होना पहलां जाणू होना ते उह बहुत ज़्यादा जरूरी है। सो सारिआं नूं इही जी बेनती। सो बहुत बहुत धन्नवाद तुहाडा वी जुझार सिंह जी, बहुत वधिया जिहड़े तत्थ तुसीं साडे सामने रखे है। तुसीं इस लहर नूं जिहड़ी इक लोक लहर बना रहे हो एक विद्यार्थी पक्ष तों उठ के तुसीं इस नूं पूरे पंजाब दे विच पूरी दुनिया के सारे सामने ये जो मुहिम है उन्होंने लैके आयो। सो बहुत तुहाडी सारी जिहड़ी टीम है उन्होंने सारिआं दा ही इस बारे धन्नवाद है। मेरे ख्याल जो तुसीं एक ऑनलाइन कंपेन भी शायद एक शुरू की हुई है पटीशन कोई। हाँ जी, सेव मत्तेवाड़ा सेव पंजाब साडी कंपेन है ते ऑनलाइन पटीशन एक पंजाब दे किसे वातावरण प्रेमी वल्लों पाई गई, असीं उसका पुरजोर समर्थन करते हैं। इस तो अलावा दर्शकों ने भी दसना चाहते हैं कि जे उस साथ नाल जुड़ना चाहते हैं तो साथ का फेसबुक पेज है जिथे पंजाबी दे विच सस्या ते थथा साथ ते एस ए टी एच साथ नाम का पेज है ते इंस्टाग्राम ते ट्विटर उपर भी सेम नाम दे नाल तुहानूं साडा ट्विटर हैंडल भी मिलेगा ते पेज भी मिलेगा। असीं चाहते हैं कि दर्शक साडे नाल जुड़न, असीं पंजाब दे हितां वास्ते काम कर रहे हैं ते इस वार ਇਸ ਵਾਸਤੇ ਸਾਨੂੰ ਹਰ ਪੰਜਾਬੀ ਦੇ ਸਮਰਥਨ ਦੀ ਲੋੜ ਹੈ। ਬਿਲਕੁਲ ਜੀ, ਤੁਸੀਂ ਆਪਣੇ ਪੇਜ ਦੇ ਜਿਹੜੇ ਲਿੰਕਸ ਨੇ ਉਹ ਸਾਡੇ ਕਮੈਂਟ ਬਾਕਸ ਵਿੱਚ ਵੀ ਤੁਸੀਂ ਸਾਂਝੇ ਕਰ ਦਿਓ ਤਾਂ ਕਿ ਲੋਕੀ ਜਿਹੜੇ ਹੈ ਉਹ ਪੇਜ ਨਾਲ ਜੁੜ ਸਕਣ। ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਜੀ ਕਿ ਜਿਹੜੀ ਸੇਵ ਮੱਤੇਵਾੜਾ ਸੇਵ ਪੰਜਾਬ ਜਿਹੜੀ ਕੰਪੇਨ ਚੱਲ ਰਹੀ ਹੈ ਇਹਨੂੰ ਅਸੀਂ ਅੱਖੋਂ ਓਹਲਾ ਨਾ ਕਰੀਏ ਅਤੇ ਆਪਾਂ 2 ਮਿੰਟ ਦਾ ਸਮਾਂ ਕੱਢ ਕੇ ਅਤੇ ਉਸ ਕੰਪੇਨ ਉਸ ਪਟੀਸ਼ਨ 'ਤੇ ਵੀ ਸਾਈਨ ਕਰੀਏ ਅਤੇ ਨਾਲ ਹੀ ਨਾਲ ਸੱਥ ਦਾ ਹਿੱਸਾ ਬਣ ਕੇ ਅਤੇ ਹੋਰ ਵੀ ਆਪਣੇ ਪਰਿਵਾਰ ਜਿਹੜੇ ਪੰਜਾਬ 'ਚ ਰਹਿੰਦੇ ਆ ਜਾਂ ਬਾਹਰ ਵੀ ਰਹਿੰਦੇ ਆ ਉਹਨਾਂ ਨੂੰ ਇਸ ਬਾਰੇ ਜਾਣੂ ਜ਼ਰੂਰ ਕਰਾਈਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੁਝਾਰ ਸਿੰਘ ਜੀ ਅਤੇ ਸੱਤ ਟੀਮ ਦਾ ਵੀ ਅਤੇ ਸਾਰਿਆਂ ਨੂੰ ਅਸੀਂ ਸਾਡੀਆਂ ਬੈਸਟ ਵਿਸ਼ਿਜ਼ ਹੈ ਮਾਂ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਇਸ ਮੁਹਿੰਮ ਦੇ ਵਿੱਚ ਜਿਹੜੀ ਹੈ ਉਹ ਜੇਤੂ ਕਰਾਰ ਬਖਸ਼ਣ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ। ਸੋ ਇੱਥੇ ਅਜੇ ਸਮਾਪਤੀ ਕਰਦੇ ਹਾਂ ਜੀ। ਸੋ ਜਿਹਨਾਂ ਨੇ ਇਹ ਪ੍ਰੋਗਰਾਮ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਸਾਡੀ ਇਹੀ ਬੇਨਤੀ ਹੈ ਕਿ ਜੇ ਤੁਹਾਨੂੰ ਪ੍ਰੋਗਰਾਮ ਜਿਹੜੀ ਅਵੇਅਰਨੈਸ ਨੂੰ ਅੱਗੇ ਵਧਾਉਣ ਦੇ ਲਈ ਇਸ ਪ੍ਰੋਗਰਾਮ ਨੂੰ ਜ਼ਰੂਰ ਸਾਂਝਾ ਕਰੋ ਅਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਇਹਦੇ ਨਾਲ ਰਿਲੇਟਿਡ ਅਪਡੇਟਸ ਨੇ ਉਹ ਤੁਹਾਡੇ ਨਾਲ ਅਸੀਂ ਲੈ ਕੇ ਦੁਬਾਰਾ ਜੁੜਦੇ ਰਹਾਂਗੇ। ਸੋ ਧੰਨਵਾਦ ਜੁਝਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।